रफ्तार ਅੱਜ ਲੱਗਦਾ ਨਹੀਂ ਕੁਛ ਤੁਹਾਨੂੰ ਵਧੀਆ ਵਧੀਆ ਜੇ ਆਪਾਂ ਕਿਤੇ ਵਧੀਆ ਜਗ੍ਹਾ ਤੇ ਆਏ ਹੈਗੇ ਆ ਘੁੰਮਣ ਦੇ ਲਈ ਮੈਂ ਤਾਂ ਹੈ ਹੀ ਵਧੀਆ ਜਿੱਥੇ ਮਾਰਜੀ ਰਹਿ ਜਾ ਬੜੀ ਕੁਛ ਮੈਂ ਸੈਨੀਟਾਈਜ਼ਰ ਸਾਰਾ ਕੁਝ ਆਪਣੇ ਪਰਸ ਵਿੱਚ ਰੱਖਿਆ ਹੈਗਾ ਤੁਹਾਡੇ ਕੋਲ ਆਪਣਾ ਸਮਾਨ ਹੈਗਾ ਪੁੱਠਾ ਮਾਸਕ ਆ ਵੀਰੇ ਉਹ ਤਾਂ ਟਰਾਈ ਕਰਦਾ ਵੀ ਪੁੱਠਾ ਵੀ ਲਾ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਅੱਜ ਅਸੀਂ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਲੈ ਕੇ ਆਏ ਹੈਗੇ ਆ ਕਿੱਥੇ ਲੈ ਕੇ ਆਏ ਰਫਤਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਜਾਨ ਕੇ ਰਫਤਾਰ ਸਿੰਘ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਪਤਾ ਹੀ ਨਹੀਂ ਸੀ ਸਾਨੂੰ ਤੁਸੀਂ ਰਫਤਾਰ ਸਿੰਘ ਗਿੱਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਬਿਲਕੁਲ ਜੀ ਇਹ ਨੇ ਰਫਤਾਰ ਸਿੰਘ ਗਿੱਲ ਇਹਨਾਂ ਨੇ ਹੁਣੇ ਦੱਸਿਆ ਆ ਕਨਫਰਮ ਹੋ ਗਿਆ ਕਿ ਵਾਕਈ ਰਫਤਾਰ ਸਿੰਘ ਗਿੱਲ ਆ ਸੋ ਤੁਹਾਨੂੰ ਗੇੜੀ ਰੂਟ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਪਿਛਲੀ ਵਾਰ ਅਸੀਂ ਤੁਹਾਨੂੰ ਫਾਰਮ 'ਚ ਲੈ ਕੇ ਗਏ ਸੀ ਸੋ ਬੇਰੀਆਂ ਕਿਵੇਂ ਤੋੜਦੇ ਹੈਗੇ ਬਲੂਬੇਰੀ ਰੱਜ ਕੇ ਖਾਦੀਆਂ ਤੇ ਰੱਜ ਕੇ ਪੂਰੇ ਸੀਜ਼ਨ ਲਈ ਮੈਂ ਤੇ ਫ੍ਰੀਜ਼ ਕਰਕੇ ਰੱਖ ਲਈ ਆ ਬਾਤ ਤੇ ਸਾਲ ਦਾ ਕੋਟਾ ਪੂਰਾ ਕਰ ਲਿਆ ਬਿਲਕੁਲ ਕਰ ਲਿਆ ਜੀ ਧੋ ਕੇ ਬਿਛਾ ਕੇ ਸੁਕਾ ਕੇ ਸਾਂਭ ਲਈਆਂ ਤੇ ਅੱਜ ਅਸੀਂ ਆਏ ਹੈਗੇ ਆ ਡਾਊਨ ਟਾਊਨ ਸਰਫਨਾ ਕੌਣ ਬੇਰੀਆਂ ਤੋਂ ਹੁੰਦਾ ਰਫਤਾ ਪਤਾ ਨਹੀਂ ਹੁੰਦਾ ਤੁਸੀਂ ਕਹਿੰਦੇ ਹੋ ਪਰ ਜਿਹੜਾ ਦਾ ਪਾਲਸੀ ਦੇ ਵੀ ਉਹ ਲਾਉਣੀ ਹੈ ਸਰਫਨਾ ਵੇ ਤੇ ਕੱਲੇ ਕੱਲੇ ਆਏ ਮਾਜ ਮਾਜ ਕਿੰਨਾ ਨਾ ਰੱਖਦੇ ਹੋ ਤੁਸੀਂ ਧੰਨ ਹੋ ਅੱਜ ਆਪਾਂ ਆਏ ਹੈਗੇ ਆ ਡਾਊਨ ਟਾਊਨ ਜੀ ਤੇ ਮੈਨੂੰ ਇੱਥੇ ਦੇਖ ਕੇ ਕਿਤੇ ਨਾ ਕਿਤੇ ਲੱਗਦਾ ਕਿ ਲੋਕੀ ਸ਼ਾਇਦ ਭੁੱਲ ਜਿਆ ਗਏ ਵੀ ਕੋਵਿਡ ਵੀ ਹੈਗਾ ਆ ਨਾ ਜੀ ਬੜਾ ਬਿਜ਼ੀ ਆ ਬੜਾ ਰਸ਼ ਆ ਸਾਰੇ ਪਾਸੇ ਪਰ ਆਪਾਂ ਸੀ ਬੱਸ 'ਚ ਬਹਿ ਕੇ ਇੱਥੋਂ ਟਿਕਟ ਲੈ ਕੇ ਸੀ ਬੱਸ 'ਚ ਬੈਠ ਕੇ ਆਪਾਂ ਨਾਰਥ ਵੈਂਕੂਵਰ ਜਾਣਾ ਜੀ ਨਾਰਥ ਵੈਂਕੂਵਰ ਬਹੁਤ ਸੋਹਣਾ ਛੋਟਾ ਜਿਹਾ ਆਈਲੈਂਡ ਆ ਉੱਥੇ ਸ਼ਾਪਿੰਗ ਮਾਲ ਬਣਿਆ ਆ ਔਰ ਉੱਥੇ ਮੈਂ ਤੁਹਾਨੂੰ ਗਿਫਟ ਲੈ ਕੇ ਦਊਂਗੀ ਪਰ ਜੇ ਬਿਹੇਵ ਕਰੋਗੇ ਨਾ ਮੈਂ ਪੂਰਾ ਪੱਕਾ ਕੋਈ ਸ਼ਰਾਰਤ ਨਹੀਂ ਕਰਨੀ ਮੈਂ 1% ਬੱਸ ਦੇ ਵਿੱਚ ਮਾਸਕ ਲਾ ਕੇ ਰੱਖਣਾ ਜੀ ਪੱਕੀ ਗੱਲ ਹੈ ਪ੍ਰੋਮਿਸ ਸੈਨੀਟਾਈਜ਼ਰ ਦੇ ਨਾਲ ਹੱਥ ਸਾਫ਼ ਕਰਨੇ ਆ ਜੇ ਹੱਥ ਧੋਣੇ ਆ ਤਾਂ ਐਂ ਚੰਗੀ ਤਰ੍ਹਾਂ ਐਂ ਧੋਣੇ ਜਿੱਦਾਂ ਆਪਣੇ ਪ੍ਰਗਟ ਸਿੰਘ ਭੁਰਜੀ ਬੜੇ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਵੀ ਕਿੱਦਾਂ ਹੱਥ ਧੋਣੇ ਆ ਉਦਾਂ ਹੱਥ ਸਾਫ਼ ਕਰਕੇ ਰੱਖੋ ਠੀਕ ਹੈ ਸੋ ਇਹਨਾਂ ਨੇ ਪ੍ਰੋਮਿਸ ਕਰ ਦਿੱਤਾ ਤੁਹਾਡੇ ਸਾਹਮਣੇ ਸੋ ਹੁਣ ਅਸੀਂ ਸੀ ਬੱਸ 'ਚ ਬੈਠ ਕੇ ਤੁਹਾਨੂੰ ਨਾਰਥ ਵੈਂਕੂਵਰ ਲੈ ਕੇ ਚੱਲਦੇ ਹਾਂ ਸਾਡੇ ਕੋਲ ਸਾਡੇ ਮਾਸਕ ਹੈਗੇ ਆ ਸੈਨੀਟਾਈਜ਼ਰ ਵੀ ਹੈਗਾ ਆ ਸੋ ਸੇਫਟੀ ਫਰਸਟ ਸਾਡੀ ਜ਼ਰੂਰੀ ਆ ਘੜੀ ਤੋਂ ਦੇਖ ਕੇ ਟਾਈਮ ਦੱਸੀ ਜਾਊਂਗਾ ਤੁਹਾਨੂੰ ਇਹਦੇ ਬਾਰੇ ਵੀ ਗੱਲ ਕੀਤੀ ਜਾਊਗੀ ਸੋ ਕੀਪ ਵਾਚਿੰਗ ਸਾਂਝਾ ਟੀਵੀ ਤੇ ਆਉਂਦੇ ਆ ਜੀ ਅਸੀਂ ਵਾਪਸ ਰਫਤਾਰ ਇੱਧਰ ਨਹੀਂ ਪੁੱਠਾ ਮਾਸਕ ਲਾ ਲਿਆ ਤੁਸੀਂ ਟਿਕਟਾਂ ਉਧਰੋਂ ਮਿਲਦੀਆਂ ਆ ਉਹਦੇ ਅੰਦਰ ਵੜਦੇ ਆ ਪਰ ਡੋਰ ਖੁੱਲਦਾ ਇੱਧਰ ਨੂੰ ਤੁਸੀਂ ਆ ਜਾਓ ਜਿਹੜੇ ਚੜਾਉਣਾ ਤੁਸੀਂ ਮੇਰੇ ਸੁਣਦੇ ਗਾ ਤੇ ਨਹੀਂ ਹੁੰਦੇ ਆ ਦੇਖੋ ਇਹ ਜਿੱਦੇ ਇੱਧਰ ਨੂੰ ਨੇ ਇਹਨੂੰ ਬਾਹਰ ਰੱਖਣਾ ਇਦਾਂ ਆ ਬਲੂ ਪਾਸਾ ਬਾਹਰ ਆਉਂਦਾ ਆ ਉਹ ਤਾਂ ਮਰਜ਼ੀ ਆ ਕੱਪੜੇ ਨਾਲ ਮੈਚ ਕਰ ਲਓ ਬਲੂ ਕੱਪੜੇ ਪਾਏ ਨੇ ਬਲੂ ਜੇ ਵਾਈਟ ਪਾਏ ਨੇ ਮੈਂਡੇਟੋਰੀਅਨ ਮੈਂਡੇਟੋਰੀਅਨ ਛੱਡੋ ਪੰਜਾਬੀ ਤਾਂ ਪੰਜਾਬੀ ਮਾਂ ਬੋਲੀ ਨਵਾਂ ਕਾਰਡ ਨਵਾਂ ਕੰਪਾਸ ਕਾਰਡ ਕੈਂਪਸ ਟਿਕਟ ਇੱਕ ਟਿਕਟ ਦੀ ਖਰੀਦ ਇੱਕ ਤੋਂ ਵਧੇਰੇ ਟਿਕਟਾਂ ਦੀ ਖਰੀਦ ਵਧੇਰੇ ਟਿਕਟਾਂ ਦੀ ਖਰੀਦ ਤੇ ਨੱਪੋ ਮੈਂ ਦੱਸਦਾ ਹਾਂ ਤਿੰਨ ਆਹ ਦੋ ਹੀ ਹੋਇਆ ਤਿੰਨ ਹੋ ਗਿਆ ਤਿੰਨ ਹੋ ਗਏ ਸੋ ਕਹਿੰਦੇ ਬਕਾਇਆ $31 ਹੋ ਗਿਆ 50 ਸੈਂਟ ਹਾਂਜੀ ਹੋ ਗਿਆ ਠੀਕ ਆ ਓਕੇ ਤੇ ਹੁਣ ਉਹ ਕਹਿੰਦੇ ਸਾਈਡ ਰੇਂਜ ਨਹੀਂ ਜਾਣਾ ਇਹ ਧਿਆਨ ਰੱਖਿਓ ਬੱਸ ਦਾ ਹੀ ਨਹੀਂ ਕੰਪਸ ਕਾਰਡ ਆ ਬਹੁਤਾ ਦੇਖ ਰਿਹਾ ਮੈਂ ਡੈਬਿਟ ਕ੍ਰੈਡਿਟ ਡੈਬਿਟ ਕਾਰਡ ਆ ਆਪਣਾ ਹੁਣ ਉਹ ਕ੍ਰੈਡਿਟ ਤੇ ਨੱਪਦਾ ਹੁਣ ਨਹੀਂ ਡੈਬਿਟ ਨੱਪਿਆ ਆ ਹੁਣ ਉਹ ਕਹਿੰਦੀ ਕਾਰਡ ਲਾਓ ਆ ਦੇਖੋ ਇੱਥੇ ਕਾਰਡ ਪਾਉਣਾ ਹੂੰ ਕਾਰਡ ਖਿੱਚੋ ਨਹੀਂ ਇਹ ਨਹੀਂ ਡੈਬਿਟ ਨਹੀਂ ਖਿੱਚਦੇ ਟਿਕਟ ਸਾਂਭ ਕੇ ਰੱਖਿਓ ਰਫਤਾਰ ਜੀ ਜੇ ਗਵਾ ਲਈ ਤੇ $12 ਫੇਰ ਤੁਹਾਨੂੰ ਦੇਣੇ ਪੈਣੇ ਮੁੜ ਕੇ ਆਉਂਦਿਆਂ ਹੋਇਆਂ ਨੂੰ ਜੇ ਬਿਹੇਵ ਕਰੋਗੇ ਤਾਂ ਜੇ ਉੱਥੇ ਜਾ ਕੇ ਬਿਲਕੁਲ ਮੈਨਰਸ ਦੇ ਨਾਲ ਰਹੋਗੇ ਪਰ ਖਾਠੀ ਹੁੰਦੀ ਖਾਠੀ ਤੁਹਾਨੂੰ ਪਤਾ ਹੈ ਇੱਥੋਂ ਕਿੱਥੇ ਜਾਣਾ ਅੱਗੇ ਹਾਂ ਮਾਲ ਜਾਣਾ ਤੇ ਖਾਣ ਪੀਣ ਦੀ ਤਾਂ ਬਾਹਰ ਹੀ ਪਤਲੀ ਓ ਮਾਈ ਗੋਡ ਖਾਣ ਪੀਣ ਖਾਣ ਇੱਥੇ ਆਓ ਇੱਥੇ ਮੈਸੇਜ ਦੇ ਲਈਏ ਪਹਿਲਾਂ ਦੱਸ ਦਈਏ ਆਪਾਂ ਆਏ ਕਿੱਥੇ ਆ ਸੋ ਦੱਸੋ ਕਿੱਥੇ ਆਏ ਆ ਜੀ ਐਲ ਇਹ ਦਸ ਮੜੇ ਪੜ ਕੇ ਕੀ ਲਿਖਿਆ ਆ ਕੋਈ ਨਹੀਂ ਕੋਈ ਸੀ ਬਸ
ਸੀ ਬੱਸ ਹਾਂ ਸੀ ਬੱਸ ਹਾਂ ਜੀ ਨਾਰਥ ਵੈਂਕੂਵਰ ਆਏ ਹਾਂ ਸੋ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਨਾਰਥ ਵੈਂਕੂਵਰ ਸੀ ਬੱਸ ਤੇ ਆਏ ਸੀ ਅਸੀਂ ਤੇ ਹੁਣ ਅਸੀਂ ਤੁਹਾਨੂੰ ਇੱਥੇ ਮਾਰਕੀਟ 'ਚ ਲੈ ਕੇ ਚੱਲਦੇ ਹਾਂ ਥੋੜ੍ਹੀ ਜਿਹੀ ਸ਼ਾਪਿੰਗ ਕਰਾਉਂਦੇ ਹਾਂ ਮੈਂ ਇਹਨਾਂ ਵਾਅਦਾ ਕੀਤਾ ਸੀ ਖਾਣ ਪੀਣ ਦਾ ਵੀ ਤੇ ਸ਼ੋਪਿੰਗ ਖਾਣ ਪੀਣ ਦਾ ਮੈਂ ਵਾਅਦਾ ਨਹੀਂ ਕੀਤਾ ਸੀ ਸ਼ਾਪਿੰਗ ਦਾ ਵਾਅਦਾ ਕੀਤਾ ਆ ਜਾਓ ਚੱਲੀਏ ਆ ਜਾਓ ਆ ਜਾਓ ਉਹ ਦੇਖੋ ਸਾਹਮਣੇ ਪੀਜ਼ਾ ਰਫਤਾਰ ਜੀ ਪੀਜ਼ਾ ਨਹੀਂ ਖਾਈਦਾ ਹੁੰਦਾ ਕੱਚਾ ਹੁੰਦਾ ਪਰ ਖਾਣ ਨੂੰ ਕਿਉਂ ਮਾਇਆ ਆ ਦੇਖੋ ਕਿੰਨਾ ਬੋਤਲ ਮਾਈ ਗੋਡ ਖਾਣ ਪੀਣ ਤੋਂ ਬਾਹਰ ਨਿਕਲੀਏ ਪਹਿਲਾਂ ਮੈਂ ਤੁਹਾਨੂੰ ਮਾਰਕੀਟ 'ਚ ਘੁਮਾ ਦਵਾਂ ਇੱਧਰ ਸਿੱਧੇ ਹੋ ਕੇ ਤੁਰੋ ਪਹਿਲਾਂ ਮੈਂ ਤੁਹਾਨੂੰ ਘੁਮਾ ਦਵਾਂ ਉਸ ਤੋਂ ਬਾਅਦ ਕੁਛ ਖਾਣ ਨੂੰ ਲੈ ਕੇ ਦਊਂਗੇ ਆਹ ਹੈਲਦੀ ਪਰੌਂਠੇ ਨਹੀਂ ਗੇ ਤੁਹਾਨੂੰ ਆਈਸਕ੍ਰੀਮ ਲੈ ਕੇ ਦਊਂਗੇ ਇੱਥੇ ਜੂਲਰੀ ਦੀ ਹੈ 50% ਆਫ ਹੈ 50% ਆਫ ਹੈ ਆਪਣੇ ਪੰਜਾਬੀਆਂ ਦੀਆਂ ਦੁਕਾਨਾਂ ਬਹੁਤ ਵਧੀਆ ਸੋਲਿਡ ਸਿਲਵਰ ਹੈਗੀ ਹੈ ਜੂਲਰੀ ਇਹਨਾਂ ਦੇ ਕੋਲ ਲਈਏ ਕੁਛ ਆ ਜਾਓ ਮੈਨੂੰ ਸਮਝ ਨਹੀਂ ਆਉਂਦੀ ਮੈਂ ਆਉਂਦੀ ਹੈਗੀ ਹਾਂ ਘੁੰਮਣ ਫਿਰਨ ਦੇ ਲਈ ਅਤੇ ਮੈਂ ਸੋਚਿਆ ਸੀ ਸ਼ੋਪਿੰਗ ਕਰ ਲਾਂ ਦੋ ਚਾਰ ਚੀਜ਼ਾਂ ਦੇਖੀਆਂ ਸੀ ਪਰ ਮੈਨੂੰ ਰਫਤਾਰ ਨਹੀਂ ਦੀਦਾ ਹੈਗਾ ਕਿੱਥੇ ਗੁਆਚ ਗਿਆ ਆਹ ਰਫਤਾਰ ਜੀ ਮੈਂ ਦੋ ਤਿੰਨ ਚੀਜ਼ਾਂ ਦੇਖੀਆਂ ਅਤੇ ਤੁਸੀਂ ਮੂੰਹ 'ਤੇ ਮਾਸਕ ਪਾਉਣ ਦੀ ਬਜਾਏ ਅੱਖਾਂ 'ਤੇ ਪਾ ਕੇ ਬੈਠੇ ਆ ਹੈਲੋ ਮੈਂ ਹਾਂ ਬਲਜਿੰਦਰ ਕੌਰ ਅੱਖਾਂ 'ਤੇ ਮਾਸਕ ਕਾਹਤੇ ਪਾ ਕੇ ਬੈਠੇ ਤੁਸੀਂ ਮੈਂ ਤਾਂ ਤੁਹਾਨੂੰ ਤੁਸੀਂ ਮੈਨੂੰ ਕਿਹਾ ਸੀ ਸ਼ੋਪਿੰਗ ਮੈਨੂੰ ਕਰਾ ਕੇ ਦੇ ਮੈਂ ਦੋ ਚਾਰ ਚੀਜ਼ਾਂ ਦੇਖੀਆਂ ਸੀ ਉੱਥੋਂ ਸ਼ੋਪਿੰਗ ਕਰਨ ਦੇ ਲਈ ਅਤੇ ਤੁਸੀਂ ਆਪ ਇੱਥੇ ਆ ਕੇ ਬੈਠੇ ਹੈਗੇ ਚਲੋ ਸੂਰਜ ਪੈਂਦਾ ਸੀਗਾ ਅਤੇ ਅੱਖਾਂ 'ਤੇ ਪਾਇਆ ਅਤੇ ਵਿੱਚੋਂ ਜਿਹੜਾ ਨੀਲਾ ਕਲਰ ਆ ਜਦੋਂ ਅੱਖਾਂ 'ਚ ਪਿਆ ਕਿਆ ਬਾਤ ਆ ਬਹੁਤ ਵਧੀਆ ਲੱਗਿਆ ਕਮਾਲ ਹੀ ਹੋ ਗਿਆ ਤੁਸੀਂ ਮੈਨੂੰ ਕਿਹਾ ਸੀ ਮੈਨੂੰ ਕੁਛ ਲੈ ਦੇ ਪਰ ਰਫਤਾਰ ਜੀ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਮੈਂ ਚਾਹੂੰਗੀ ਥੋੜ੍ਹਾ ਜਿਹਾ ਦੱਸੋ ਆਪਣਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ ਗੇੜੀ ਰੂਟ ਦਾ ਸੋ ਇਹ ਤੁਹਾਡਾ ਹੋਮਵਰਕ ਹੈ ਹੈਗਾ ਜੀ ਸਫ਼ਰ ਇਹ ਆਪਾਂ ਆਏ ਹਾਂ ਸਰੀ ਤੋਂ ਸਟੂਡੀਓ ਤੋਂ ਹੈ ਨਾ ਸੋ ਆਪਾਂ ਨੂੰ ਘੰਟੇ ਦੀ ਡਰਾਈਵ ਪੈਂਦੀ ਹੈ ਡਾਊਨ ਟਾਊਨ ਦੀ ਜੀ ਜਿੱਥੇ ਕਿ ਵਾਟਰ ਫਰੰਟ ਸਟੇਸ਼ਨ ਆ ਜਿਹੜਾ ਘੰਟੇ ਦੀ ਡਰਾਈਵ ਪੈਂਦੀ ਆ ਸੋ ਉੱਥੋਂ ਆ ਕੇ ਸਰੀ ਤੋਂ ਘੰਟਾ ਲੱਗਿਆ ਅਤੇ ਆਪਾਂ ਉੱਥੇ ਗੱਡੀ ਪਾਰਕ ਕਰਕੇ ਅਤੇ ਨਾਲ ਹੀ ਮੈਨੂੰ ਲੱਗਦਾ ਵੀ ਇੱਕ ਮਿੰਟ ਲੱਗਿਆ ਹੋਣਾ 15 ਐਂਟਰ ਕਰਿਆ ਜਿੱਥੇ ਆਪਾਂ ਨੂੰ ਸੀ ਬੱਸ ਲੈਣੀ ਪਈ ਹੈ ਅਤੇ ਸੀ ਬੱਸ ਹੈਗੀ ਹੈ 15 ਮਿੰਟ ਦਾ ਹੈ ਨਾ 15 ਮਿੰਟ ਦਾ ਹੋਣਾ ਅਤੇ ਉਹ ਤੋਂ ਬਾਅਦ ਆਪਾਂ ਇੱਥੇ ਪਹੁੰਚਿਆ ਨਾਰਥ ਵੈਨ ਕੋਲ ਸੋ ਇੱਥੇ ਮਾਲ ਵੀ ਹੈਗਾ ਅੰਦਰ ਖਾਣ ਪੀਣ ਨੂੰ ਵਧੀਆ ਲੈਂਸਡੇਲ ਮਾਲ ਆ ਛੋਟਾ ਜਿਹਾ ਮਾਰਕੀਟ ਆ ਇੱਥੇ ਇੱਕ ਇਹਦੀ ਖਾਸੀਅਤ ਆ ਵੀਕਐਂਡ 'ਤੇ ਇੱਥੇ ਫਰੈਸ਼ ਮਾਰਕੀਟ ਲੱਗਦੀ ਹੈਗੀ ਆ ਜ਼ਿਆਦਾ ਫਰੈਸ਼ ਫਰੂਟ ਫਿਸ਼ ਹੁੰਦੀ ਆ ਇਸ ਮਾਰਕੀਟ ਦੀ ਖਾਸ ਫਿਸ਼ ਜਿਹੜੀ ਆ ਉਹ ਖਾਸੀਅਤ ਆ ਮੱਛੀ ਖਾਸੀਅਤ ਆ ਫਰੈਸ਼ ਮਿਲਦੀ ਆ ਮੱਸੀ ਨਹੀਂ ਮੱਛੀ ਔਰ ਇਸ ਤੋਂ ਇਲਾਵਾ ਰਫਤਾਰ ਜੀ ਇੱਥੇ ਛੋਟੇ ਛੋਟੇ ਜਿੱਦਾਂ ਲਾਈਕ ਸੁਵੇਨੀਅਰ ਮਿਲਦੇ ਆ ਤੁਹਾਨੂੰ ਪਤਾ ਸੁਵੇਨੀਅਰਸ ਕੀ ਹੁੰਦੇ ਆ ਪਤਾ ਨਹੀਂ ਤੁਸੀਂ ਵੀ ਅੱਜ ਇੱਥੋਂ ਕੀ ਲੈਣਾ ਸੀ ਮੈਂ ਤਾਂ ਵੀ ਗੇੜਾ ਕੱਢਣਾ ਜਿਹੜੀ ਚੀਜ਼ ਮਿਲ ਕੇ ਲੈ ਲੈਣੀ ਆ ਕਈ ਵਾਰ ਸੁਵੇਨੀਅਰਸ ਹੁੰਦੇ ਆਪਾਂ ਨਹੀਂ ਕਹਿੰਦੇ ਆਪਾਂ ਕਿਸੇ ਜਗ੍ਹਾ ਤੇ ਗਏ ਸੀ ਉੱਥੋਂ ਛੋਟੀ ਜਿਹੀ ਨਿਸ਼ਾਨੀ ਲੈ ਕੇ ਆਉਣੀ ਉਸ ਜਗ੍ਹਾ ਦੀ ਕੋਈ ਚੀਜ਼ ਲਿਆਉਣੀ ਸੋ ਜਿਹੜੇ ਸੈਲਾਨੀ ਆਉਂਦੇ ਆ ਹੁਣ ਤੁਸੀਂ ਪੁੱਛਣਾ ਸੈਲਾਨੀ ਕੌਣ ਹੈ ਸੈਲਾਨੀ ਤਾਂ ਮੈਨੂੰ ਪਤਾ ਇੰਨਾ ਵੀ ਮੈਂ ਬੂਝੜ ਨਹੀਂ ਹੈਗਾ ਹੁਣ ਇੰਨਾ ਵੀ ਨਹੀਂ ਨਾ ਬੂਝੜ ਸਮਝੋ ਤੁਸੀਂ ਇੰਨਾ ਨਹੀਂ ਹੈਗਾ ਮੈਨੂੰ ਅਕਲ ਜਿਹੜੇ ਲੋਕ ਘੁੰਮਣ ਫਿਰਨ ਆਉਂਦੇ ਆ ਇੱਥੇ ਸਮਰ 'ਚ ਆਉਂਦੇ ਆ ਵਿੰਟਰ 'ਚ ਆਉਂਦੇ ਆ ਵਿੰਟਰ 'ਚ ਇੱਥੇ ਸਨੋਅ ਹੁੰਦੀ ਆ ਜਿਹੜੇ ਲੋਕ ਸਮਰ 'ਚ ਆਉਂਦੇ ਆ ਉਹ ਇੱਥੇ ਆਉਂਦੇ ਛੋਟਾ ਜਿਹਾ ਆਈਲੈਂਡ ਆ ਇੱਥੇ ਫਰੈਸ਼ ਆਮ ਲੋਕਲ ਲੋਕ ਤਾਂ ਉਹ ਆਉਂਦੇ ਆ ਜਿਨ੍ਹਾਂ ਨੇ ਇੱਥੋਂ ਫਿਸ਼ ਖਰੀਦਣੀ ਹੁੰਦੀ ਆ ਫਰੈਸ਼ ਫਰੂਟਸ ਵੈਜੀਟੇਬਲਸ ਲੈਣੀਆਂ ਹੁੰਦੀਆਂ ਆ ਜਾਂ ਵੈਸੇ ਘੁੰਮਣਾ ਫਿਰਨਾ ਹੁੰਦਾ ਫੈਮਲੀ ਦੇ ਨਾਲ ਜਿਹੜੇ ਵਿਜ਼ਿਟਰ ਆਉਂਦੇ ਆ ਘੁੰਮਣ ਫਿਰਨ ਵਾਲੇ ਸੈਲਾਨੀ ਆਉਂਦੇ ਆ ਉਹ ਇੱਥੋਂ ਕੁਛ ਨਾ ਕੁਛ ਲੈ ਕੇ ਜਾਂਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਲੱਗੀਆਂ ਜਿਨ੍ਹਾਂ ਦੇ ਵਿੱਚ ਕੀ ਚੇਨ ਆ ਜੂਲਰੀ ਆ ਹੋਰ ਕੱਪ ਪਲੇਟਾਂ ਇੱਦਾਂ ਨਿੱਕਾ ਨਿੱਕਾ ਸਮਾਨ ਹੁੰਦਾ ਜਿਨ੍ਹਾਂ 'ਤੇ ਵੈਂਕੂਵਰ ਦਾ ਲੋਗੋ ਬਣਿਆ ਜਾਂ ਵੈਂਕੂਵਰ ਕੈਨੇਡਾ ਲਿਖਿਆ ਹੈਗਾ ਜਾਂ ਲਾਇਨਸਡੇਲ ਮਾਲ ਲਿਖਿਆ ਹੈਗਾ ਸ਼ੋਪਿੰਗ ਸੈਂਟਰ ਜਾਂ ਜਿਹੜੀ ਵੀ ਕੈਨੇਡਾ ਦੀ ਪਲੇਸ ਆ ਹਰ ਇੱਕ ਜਗ੍ਹਾ ਦਾ ਮਿਲ ਜਾਂਦਾ ਸੋ ਫਿਰ ਉਹ ਹੁੰਦਾ ਕਿ ਲੋਕ ਲਈ ਆ ਕੇ ਨਿਸ਼ਾਨੀ ਰੱਖਦੇ ਆ ਕਿ ਮੈਂ ਇਸ ਜਗ੍ਹਾ 'ਤੇ ਘੁੰਮਣ ਗਿਆ ਸੀ ਸੋ ਤੁਸੀਂ ਘਰ ਤੱਕ ਘਰ ਦੇ ਵਿੱਚ ਹੁਣ ਤੱਕ ਕਿਹੜੀ ਕਿਹੜੀ ਜਗ੍ਹਾ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਘਰ ਦੇ ਵਿੱਚ ਇੱਕ ਤਾਂ ਮੋਗਿਓਂ ਲਿਆਂਦਾ ਸੀ ਮੈਂ ਪੈਂਟ ਸ਼ਰਟ ਲਿਆਂਦੀ ਸੀ ਮੋਗਿਓਂ ਪੈਂਟ ਸ਼ਰਟ ਨਹੀਂ ਸੁਵੇਨੀਅਰ ਪੁੱਛਦੀ ਹਾਂ ਨਿਸ਼ਾਨੀਆਂ ਕੋਈ ਚੀਜ਼ ਖਰੀਦ ਕੇ ਕੋਈ ਇੱਕ ਯਾਦਗਾਰ ਵੀ ਮੈਂ ਇਸ ਜਗ੍ਹਾ 'ਤੇ ਗਿਆ ਸੀ ਅਤੇ ਮੈਂ ਉੱਥੋਂ ਆਹ ਚੀਜ਼ ਮੈਨੂੰ ਚੰਗੀ ਲੱਗੀ ਉਹ ਖਰੀਦ ਕੇ ਇੱਦਾਂ ਕੁਛ ਰੱਖਿਆ ਹੈਗਾ ਪੈਂਟ ਸ਼ਰਟ ਤਾਂ ਸਾਰੇ ਲੈਂਦੇ ਹੋ ਅਤੇ ਇੱਥੋਂ ਮਿਲ ਹੀ ਜਾਂਦੀ ਆ ਇੱਦਾਂ ਦੀ ਨਿਸ਼ਾਨੀ ਮੈਂ ਕੋਈ ਨਹੀਂ ਕੋਈ ਕੀ ਚੇਨ ਕੋਈ ਘੜੀ ਸੱਚ ਘੜੀ ਦੀ ਗੱਲ ਹੋਈ ਸੀ ਕੰਗ੍ਰੈਜੂਲੇਸ਼ਨ ਘੜੀ ਕੀ ਇਹਦੇ ਚ ਕੋਈ ਖਾਸ ਦਾ ਰੰਗ ਬਰੰਗੀ ਜਵਾਕਾਂ ਵਾਂਗੂ ਇਹਦਾ ਪਟਾ ਆ ਬੰਦਾ ਭਜਦਾ ਸਾਰਾ ਕੁਛ ਕਿੰਨਾ ਕੁਛ ਅੱਛਾ ਇਹ ਕੋਈ ਖਾਸ ਘੜੀ ਆ ਇਹ ਖਾਸ ਘੜੀ ਆ ਜੱਸੀ ਨੇ ਦਵਾ ਕੇ ਲਿਆਂਦੀ ਮੈਨੂੰ ਜੱਸੀ ਬਹੁਤ ਚੱਲਦਾ ਮੇਰੇ ਮਗਰ ਪੈਰ ਰਫਤਾਰ ਜੱਸੀ ਨੇ ਤੁਹਾਨੂੰ ਲਟਾ ਦਿੱਤਾ ਉੱਥੇ
बाबे नानक ने बड़ा चिर पहला वहमा भरमा चो कढ़िया सी, पर मैं देखदी हां इन्हां मुल्कां च इह लोक भी करदे आ जिंदा। इत्थे देखो मेरे ख्याल दे विच पूरी आह जिन्नी फैंस बनी आ ना ये उत्ते जिन्ने जिंदे लगे आ, जे सारिया का वेट किया जाए ना मेरे ख्याल 100-200 किलो लोहा होना है। इंडिया नहीं होंगे भी बोतल बेच के तो डबल रोटी लै ली सवेरे सवेरे, आ लोहा बेच के जो मर्जी लै लो। साढ़े पिंड पप्पू कबाड़िया वो तो ऐ कहूगा भी आह हा क्या बात है, इतने छड़ दो मैं घंटा सारे मिनट ही बढ़ के लै जाओ। कई जिंदे लाए आ इन्होंने, कहिंदे जिंदा ला के ना अपनी विश मंग के तो उन्होंने लॉक करके विश न भी मैं आह विश मंगी सी मेरी ये विश पूरी हो जाए लॉक, तो वह चाबी पानी च सड़ देंगे। अच्छा मेरी गल होण दो पहला पूरी, हुण एक गल सोच के देखो थले जीव जंत हैगे आ पानी दे विच, चाबी किसी जीव जंत दे मूंह च भी जा सकती है, लोहा माड़ी गल आ वैसे, पर मैं देख रही हूँ इन्ने तरह के जिंदे आ, कई उत्ते ना जिंदा ला के रफ्तार जी ओदे उत्ते संगल लपेटे आया भी जिदा विश विच दी निकल के भज्जन लगी हुंदी आ ना, जिंदे ते भी संगल लपेट दिंदे आ, पर तुहानू पता आ जिहड़े जिंदे लगे आ ना इन्हां दीआं चाबियां मिल जांदीआं हुंदीआं, कई जिंदे इदां दे हुंदे आ इन्हां दीआं चाबियां इक्को जिहीआं हुंदीआं। नहीं जे आपां उदां कोई चाबी ले आईए आपां ट्राई करके देखिए जिंदा खोल के लै जाइए, फिर जिहड़ा अगले ने कोई विश भुक मंगी है भूत दा कोई आपां नूं आ के चिंबड़ सकदा जां कुछ, कोई विश नहीं पूरी हुंदी इह सिर्फ मन दा वहम आ। कई लोग कहिंदे ना अपने मन दे विच धारणा कर लैंदे आ, लोग कोई विश मंग लैंदे आ कि आह मेरी जी पूरी होनी चाहीदी आ, पर मैं कहिंदी हुंदी आ कि मेहनत करो ते हौसला रखो, कर्म करो फल की इच्छा ना करो, मेहनत करो मेहनत दे नाल तुसी कमाई करो ते जिहड़ी मर्जी अपनी इच्छा पूरी कर लो। जे हुण मेरा जी करदा मैं वधिया कार लैनी आ ते मैं कम करा कार लै लां, पेमेंट दवां इंश्योरेंस पे करा तेल पावा कार चलावा, हुण जिंदा लाता आ विश मंग ली है मैनू जी वधिया कार मिल जाए, जिंदे ने थोड़ो कार लैके देनी मैनू। हुण कई हुंदा वी नग जिहा पा के उंगली दे विच पा के कहिंदे ने इह पा लो इहदे नाल तुहाडे सारे कम होणगे, जे कम ते जावांगे जाके कम करांगे डक्का तोड़ांगे उत्थे फेर ही मिलू रखना चाहिए कड़े ना शान हुंदी पंजाबी दी भी वांच कड़ा पाया मैं भी पाया ते थैंक यू मैनू एक रखड़ी होर बन दित्ती आ। देखो गल कर सकते हैं कि नहीं कर सकते मैनू वैसे बड़ा नहीं पता, कई चीज़ें ना कई चीज़ें विवाद बन जाए भी विवाद हो जाते हैं जी ये किंतु परंतु लोग पर आप नॉर्मल गल कर देने की रफ्तार जी लोग रब थले होंगे ना हूँ ती ਇਹ ਗੱਲ ਪਤਾ ਨਹੀਂ ਕਿੰਨੀ ਕੁ ਸੱਚ ਹੋਊਗੀ। ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਕਹਿੰਦੇ ਰੱਬ ਵਾਲਾ ਹੀ ਲਾਗੇ ਹੁੰਦਾ ਸੀਗਾ, ਝੱਟ ਸੌਣ ਲੈਂਦਾ ਹੁੰਦਾ ਸੀਗਾ, ਤਾਰੇ ਤੋੜ ਲੈਂਦੇ ਕਹਿੰਦੇ ਅੱਗੇ ਐਵੇਂ ਨਹੀਂ ਮੈਨੂੰ ਇੱਦਾਂ ਤਾਂ ਪਤਾ ਨਹੀਂ ਸੀ ਵੀ ਤਾਰੇ ਤੋੜ ਲੈਂਦੀਆਂ, ਪਰ ਕਹਿੰਦੇ ਬਹੁਤ ਲਾਗੇ ਸੀ ਰੱਬ ਲਾਗਿਓ ਸੁਣਦਾ ਸੱਤ ਯੁੱਗ ਸੀ, ਹੁਣ ਤਾਂ ਉਹ ਵੀ ਵਿਚਾਰਾ ਡਰਦਾ ਪਤਾ ਨਹੀਂ ਕਿੱਥੇ ਚੱਲ ਗਿਆ, ਉਹ ਕਹਿੰਦਾ ਮੈਂ ਲਾਗੇ ਹੁੰਦਾ ਇਹਨੂੰ ਤਾਂ ਮੈਨੂੰ ਵੇਚ ਕੇ ਖਾ ਲੈਣਾ। ਕਾਰਾਂ ਦੀ ਗੱਲ ਇਹ ਆ ਹੁਣ ਕਕਾਰ ਪੰਜ ਕਕਾਰ ਆ, ਆਪਾਂ ਪੰਜਾਂ ਦੇ ਵਿੱਚੋਂ ਇੱਕ ਕਕਾਰ ਹੀ ਕਿਉਂ ਪਾ ਸਕਦੇ ਹਾਂ, ਜੇ ਪਾਉਣੇ ਆ ਤਾਂ ਪੰਜੇ ਕਕਾਰ ਪਾਉਣੇ ਤਾਂ ਫਿਰ ਆਏ ਨਹੀਂ ਕਿ ਇੱਕ ਕਕਾਰ ਨਹੀਂ। ਚਲੋ ਕੜਾ ਕੜਾ ਤਾਂ ਰਫਤਾਰ ਜੀ ਕੜਾ ਤਾਂ ਇੱਦਾਂ ਆ ਵੀ ਇੱਕ ਸਿੰਬਲ ਆ ਸਿੱਖੀ ਦਾ, ਸੋ ਜ਼ਰੂਰੀ ਨਹੀਂ ਗਾ ਪਹਿਲਾਂ ਤੁਸੀਂ ਮੇਰੇ ਖਿਆਲ ਦੇ ਵਿੱਚ ਇਹ ਬੜਾ ਵੱਡਾ ਵਿਸ਼ਾਲ ਟੋਪਿਕ ਹੋ ਜਾਣਾ ਆ, ਸੋ ਤੁਸੀਂ ਇਹਦੇ ਤੇ ਕਰਕੇ ਚੱਲਦੇ ਆ ਨਿੱਕਾ ਕਰਕੇ ਚੱਲਦੇ ਆ ਟੋਪਿਕ ਜਮੇ ਨਿੱਕਾ ਰਿਹਾ ਛੇਤੀ ਉਹ ਕਰ ਦਿੰਦੇ ਆ। ਪੰਜ ਕਕਾਰ ਨੇ, ਪੰਜਾਂ ਕਕਾਰਾਂ ਵਿੱਚੋਂ ਇਕੱਲਾ ਆਪਾਂ ਕੜਾ ਪਾ ਸਕਦੇ ਹਾਂ, ਚਾਰ ਨਹੀਂ ਆਪਾਂ ਪਾਉਂਦੇ, ਫਿਰ ਆਪਾਂ ਇਕੱਲੇ ਨੂੰ ਵੀ ਕਾਹਤੇ ਦੇਖੋ ਵੀ ਦਿਖਾਉਣ ਦੇ ਮਾਰੇ ਵੀ ਮੇਰਾ ਕੜਾ ਦੇਖੋ ਮੈਂ ਸਿੱਖ, ਜਾਂ ਤਾਂ ਫਿਰ ਜੇ ਸਿੱਖ ਦਿਖਾਉਣਾ ਹੀ ਆ ਨਾ ਫਿਰ ਤਾਂ ਪੂਰੇ ਪੰਜ ਕਕਾਰ ਪਾਓ, ਜੇ ਨਹੀਂ ਪਾਉਣੇ ਫਿਰ ਉਹ ਕੜਾ ਵੀ ਕਾਹਤੇ ਦਿਖਾਉਣਾ ਕਿਸੇ ਨੂੰ ਵੀ ਕੜਾ ਦਿਖਾਓ ਮੈਂ ਸਿੱਖਾਂ। ਮੈਨੂੰ ਲੱਗਦਾ ਵੀ ਜੇ ਪਾਉਣੇ ਆ ਤਾਂ ਪੰਜੇ ਪਾਓ, ਇੱਕ ਜੇ ਕਹਿੰਦੇ ਵੀ ਇੱਕ ਪਾ ਲਾ ਤੂੰ ਸਿੱਖ ਲੱਗੇਗਾ ਨਾ, ਫਿਰ ਜਾਣੇ ਮੈਨੂੰ ਲੱਗਦਾ ਫਿਰ ਪੰਜੇ ਕਕਾਰਾਂ ਦਾ ਉਨਾ ਹੀ ਸਨਮਾਨ ਹੋਣਾ ਚਾਹੀਦਾ ਜਿੰਨਾ ਕਿਰਪਾਨ ਦਾ ਸਨਮਾਨ ਆ ਨਾ, ਉਨਾ ਹੀ ਫਿਰ ਕੜੇ ਦਾ ਸਨਮਾਨ ਹੋਣਾ ਚਾਹੀਦਾ।
खंभ तो फड़ के छेड़ो फिर उड़ूगी जान बचा दो बेचारी दी मैं तेन शॉपिंग करा दें थोड़ी जी काफी कुछ होगा करा थोड़ी करा के देनी शॉपिंग बजट है मेरा थोड़ा जी रुपये की करा दो मां रुपये की मां जानते चोटी तराजी सी फंड तो सी बिहेव रखियो थोड़ा जी अपना ओके पढ़ देने दुकाना प्लांट देख के ने सुने चलो जी लेडीज ऑलवेज फर्स्ट थैंक यू वेरी मच What's your name? Luis. Luis? I give you my car. Oh, okay. Where are you from? I'm from Hakuchi. I have other store. Before I have a store here upstairs. Luis? Yeah. For 10 years, but I crossed for the pandemic. Now I come and just stay a little bit. Oh, very but nice. I have a store in Tawasin Mall. Tawasin, the big mall. Oh, Tawasin Mall. I come there. Oh, okay. Yeah. Raftar, look at this. You're the cow boy, you're the cow girl. Thank you very much. You're welcome. Anything you like to say, you can say. What is this? They call it tamborito. Tamborito? Tamborito. Tamborito. For everybody, you can play, you kids play, anyone that can play. Hmm. You who are But in my language, it's called some different names Dumbru. Like Dumbru. 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 Dug dugi. Dug dugi bhi kehnde hain dug dugi. Dumbru kehna Dumbru. Dumbru. Nikka bhi hai nyane le. That is a language from where? Yeah. Punjab. Punjabi language. Yeah, Punjabi. My name is Kaur too. Kaur. Baljinder Kaur. And his name is Speedy Singh. Speedy Singh. Everyone is that they don't know relative, but the last time is Sam. I asked him why you are like Sam if you know relative. He says something, huh? What is it? Can you explain it? Raftar put. About the cow, what does that mean? Why the people has the same last name? Is a family, all family? It's my religious. We are Sikh. Oh, okay. Yeah. What's the religion? Yeah, everybody have use the core in their name. In the middle name is core. We have a last name, yeah. Real name, last name, and core is a middle initial. So core is like a stand for queen. And Singh. Like his name is Singh, Raftar Singh. So it's mean king, lion. Yeah. Interesting. Anytime, turn around the world. ਰਫਤਾਰ ਇਥੋਂ ਮੈਨੂੰ ਕੁਝ ਖਾਣ ਨੂੰ ਲੈਣਾ ਮੈਂ ਚੇਤਾ ਰੱਖਿਓ ਸੈਲਡ ਲੈਣਾ ਸਾਰਾ ਦਿਨ ਖਾਣ ਖਾਣ ਦੀਆਂ ਗੱਲਾਂ ਕਰ ਲਓ ਮਾਈ ਗੋਡ ਲੁੱਕ ਐਟ ਦੈਟ ਕਿੰਨਾ ਸੋਹਣਾ ਸਜਾ ਰੱਖਿਆ ਆਪਾਂ ਸੌਸ ਲੈ ਕੇ ਜਾਣੀ ਇਥੋਂ ਅੱਗੇ ਆਇਆ ਕੁਛ ਪਸੰਦ ਰਫਤਾਰ ਜੀ ਕੀ ਬਹੁਤ ਕੁਛ ਇੱਥੇ ਰੱਖਿਆ ਹੈ ਹੈਂਡ ਸੈਨੀਟਾਈਜ਼ਰ ਮੈਂ ਵੀ ਲਾਉਣ ਲੱਗੀ ਹਾਂ
ਸੋ ਗੇੜੀ ਰੂਟ 'ਚ ਅਸੀਂ ਤੁਹਾਨੂੰ ਲੌਂਸਡੇਲ ਮਾਲ ਦੇ ਵਿੱਚ ਲੈ ਕੇ ਆਏ ਹੈਗੇ ਆ ਨੌਰਥ ਵੈਨਕੂਵਰ 'ਤੇ ਵਨ ਐਂਡ ਓਨਲੀ ਰਫਤਾਰ ਸਿੰਘ ਹਮੇਸ਼ਾ ਭੁੱਖੇ ਰਹਿੰਦੇ ਉਹਨਾਂ ਨੂੰ ਲੱਗ ਗਈ ਭੁੱਖ ਅਤੇ ਮੈਂ ਸੋਚਦੀ ਹਾਂ ਹੁਣ ਅਸੀਂ ਥੋੜ੍ਹਾ ਜਿਹਾ ਸਨੈਕ ਖਾਂਦੇ ਹਾਂ ਅਤੇ ਬੈਠ ਕੇ ਤੁਹਾਡੇ ਨਾਲ ਗੱਲਾਂ ਵੀ ਕਰਦੇ ਹਾਂ ਸੋ ਜਾਣਾ ਕਿਤੇ ਨਹੀਂ ਕੀਪ ਵਾਚਿੰਗ ਸਾਂਝਾ ਟੀਵੀ ਕੋਈ ਮਗਰ ਪਿਆ ਬਾਈ ਦਵੇ ਲੁੱਕ ਮੈਨੂੰ ਦੁਕਾਨ ਵਾਲੇ ਨੇ ਗਿਫਟ ਕੀਤੀ ਕਹਿੰਦਾ ਮੈਂ ਤੈਨੂੰ ਭੈਣ ਮੰਨਦਾ ਆਪਣੀ ਮੇਰੇ ਤੋਂ ਰੱਖੜੀ ਬਣਾ ਲਾ ਮੈਨੂੰ ਕਹਿੰਦਾ ਆਹ ਕੀ ਬੰਨੇ ਆ ਫਿਰ ਮੈਂ ਉਹਨੂੰ ਦੱਸਿਆ ਮਤਲਬ ਫਿਰ ਉਹ ਕਹਿੰਦਾ ਕਿ ਆਹ ਫਰੈਂਡਸ਼ਿਪ ਦਾ ਜਿਹੜਾ ਇਹਦੇ ਵਿੱਚ ਟ੍ਰੀ ਬਣਿਆ ਨਾ ਉਹ ਕਹਿੰਦਾ ਇਹ ਗੁੱਡ ਲਾਈਫ ਲਈ ਆ ਇਹ 'ਚ ਵੀ ਤੁਸੀਂ ਦਰਖਤਾਂ ਨੂੰ ਪਿਆਰ ਕਰਦੇ ਆ ਅਤੇ ਇਹਦੇ 'ਚ ਹਾਰਟ ਬਣੇ ਆ ਇਹ ਉਹਨੇ ਮੈਨੂੰ ਗਿਫਟ ਦਿੱਤਾ ਸਿਰਫ ਮੈਂ ਉਹਨਾਂ ਕਿੰਨੇ ਨਾਈਸਲੀ ਤਰੀਕੇ ਨਾਲ ਬੋਲੀ ਸੀ ਤੇ ਇਸੇ ਕਰਕੇ ਉਹਨਾਂ ਨੇ ਆ ਜੈਕਟ ਤੇ ਵੀ ਤੁਹਾਨੂੰ ਡਿਸਕਾਊਂਟ ਦਿੱਤਾ ਮੈਨੂੰ ਥੈਂਕ ਯੂ ਕਿਹਾ ਤੁਸੀਂ ਹੁਣ ਕਹਿੰਦੇ ਨੇ ਥੈਂਕ ਯੂ ਜੈਕਟ ਬਹੁਤ ਸੋਹਣੀ ਆ ਕਲਰ ਬਹੁਤ ਸੋਹਣਾ ਨੇ ਤੇ ਨਾਲ ਘੜੀ ਵੀ ਬਹੁਤ ਸੋਹਣੀ ਘੜੀ ਨਾਲ ਮੈਚ ਕਰਦੇ ਨੇ ਕਲਰ ਦੇਖੋ ਇਹਦੇ ਵਿੱਚ 20 ਡਾਲਿਆਂ ਦੀ ਤੇਰੀ ਘੜੀ ਆ 10 ਵਾਰੀ ਸਵੇਰ ਦਾ ਤੁਸੀਂ ਮੈਨੂੰ ਦੱਸਿਆ ਇੰਨਾ ਸਾਰਾ ਖਾਣਾ ਲੈ ਆਂਦਾ ਰਫਤਾਰ ਜੀ ਕਿੱਦਾਂ ਮੁੱਕਣਾ ਇਹ ਇਦਾਂ ਨਹੀਂ ਇੱਦਾਂ ਤਾਂ ਆਈ ਨੋ ਪਰ ਫਿਰ ਮੁੜ ਕੇ ਖਾ ਕੇ ਤਾਂ ਫਿਰ ਤੁਸੀਂ ਕਹਿਣਾ ਹੁਣ ਮੈਂ 2 ਘੰਟੇ ਸੌਂ ਲਾਂ ਧੁੱਪ 'ਚ ਫੇਰ ਕੰਮ ਕਰਦੇ ਆ ਘਰੇ ਜਾ ਕੇ ਜਾਵਾਂਗਾ ਹੁਣ ਰੱਜ ਕੇ ਖਾ ਲਈਏ ਸਾਰਾ ਕੀ ਤੁਸੀਂ ਦੱਸੋ ਤੁਹਾਨੂੰ ਕਿੰਨਾ ਲੱਗਿਆ ਘੁੰਮ ਕੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਕੀ ਰਾਇਆ ਸਾਰੇ ਬਾਰੇ ਇਹ ਜਗ੍ਹਾ ਬਾਰੇ ਤੁਹਾਡੀ ਕੀ ਰਾਇਆ ਮੇਰੀ ਰਾਏ ਇਹ ਆ ਜਿਵੇਂ ਹੁਣ ਕੋਵਿਡ ਚੱਲ ਰਿਹਾ ਹੈਗਾ ਸਾਰੀਆਂ ਫੈਮਲੀਆਂ ਬੜੇ ਲੰਬੇ ਸਮੇਂ ਤੋਂ ਅਸੀਂ ਘਰਾਂ 'ਚ ਹੀ ਬੈਠੇ ਹਾਂ ਰਾਈਟ ਸੋ ਖਿਆਲ ਸਾਰੇ ਰੱਖੋ ਪ੍ਰੀਕੋਸ਼ਨਸ ਵੀ ਲਓ ਮਾਸਕ ਵੀ ਕੋਲ ਰੱਖੋ ਹਰ ਇੱਕ ਚੀਜ਼ ਰੱਖੋ ਮੈਂ ਇੱਕ ਗੱਲ ਨੋਟ ਕੀਤੀ ਹੈ ਜਗ੍ਹਾ ਜਗ੍ਹਾ 'ਤੇ ਸੈਨੀਟਾਈਜ਼ਰ ਰੱਖੇ ਆ ਜਗ੍ਹਾ ਜਗ੍ਹਾ 'ਤੇ ਉਹ ਤੁਹਾਨੂੰ ਦੇਖ ਰਹੇ ਆ ਲਿਖ ਕੇ ਲਾਇਆ ਕਿ ਬਿਨਾਂ ਮਤਲਬ ਤੋਂ ਚੀਜ਼ਾਂ ਟੱਚ ਨਾ ਕਰੋ ਪਰ ਆਈ ਫੀਲ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਅੱਜ ਇੰਨਾ ਵਧੀਆ ਰਹੇ ਆ ਨਾ ਕੋਈ ਅਲਤਾ ਨਹੀਂ ਕੀਤੀਆਂ ਕੋਈ ਖੱਪ ਨਹੀਂ ਪਾਈ ਕੋਈ ਖੋਰੂ ਨਹੀਂ ਪਾਇਆ ਬੜਾ ਬਿਹੇਵ ਵਧੀਆ ਕੀਤਾ ਤੁਸੀਂ ਇਸੇ ਕਰਕੇ ਮੈਂ ਤੁਹਾਨੂੰ ਜੈਕਟ ਲੈ ਕੇ ਮਗਰ ਤੋਂ ਆਏ ਫਿਰਦੇ ਸੀਗੇ ਚਲ ਪਤਾ ਕਹਿੰਦੇ ਨਹੀਂ ਕਰੀ ਆਪਣੇ ਮਗਰ ਮਗਰ ਆਏ ਫਿਰਦੇ ਸੀ ਜਿਵੇਂ ਆਪਾਂ ਚਿੰਦੀ ਚੋਰ ਹੁੰਦੇ ਆ ਨਹੀਂ ਆਏ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਉਹ ਪਤਾ ਕਿਉਂ ਦੱਸਦੇ ਸੀ ਤੁਹਾਨੂੰ ਉਹ ਦੱਸਦੇ ਸੀ ਵੀ ਤੁਸੀਂ ਕਿਹੜੀਆਂ ਵਨ ਵੇ ਇੱਕ ਉਹਨਾਂ ਨੇ ਇੱਕ ਪਾਸਿਓਂ ਜਾਣ ਨੂੰ ਬਣਾਇਆ ਅਤੇ ਦੂਜੇ ਪਾਸੇ ਦੀ ਵਾਪਸ ਆਉਣ ਨੂੰ ਬਣਾਇਆ ਸੋ ਜੇ ਤੁਸੀਂ ਮਾਲ 'ਚ ਐਂਟਰ ਕਰਦੇ ਆ ਸ਼ਾਪਾਂ ਦੇ ਵਿੱਚ ਇੱਕ ਪਾਸਿਓਂ ਦੁਕਾਨ ਨਾਲ ਜਾਂਦੇ ਆ ਦੂਜੇ ਆਉਂਦੇ ਆ ਹਰ ਇੱਕ ਜਗ੍ਹਾ 'ਤੇ ਸਾਈਨ ਲੱਗਿਆ ਵੀ ਇੰਨੀ ਦੂਰੀ 'ਤੇ ਖੜ੍ਹਨਾ ਆ ਸੋ ਇਸੇ ਕਰਕੇ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਵੀ ਸਾਰੇ ਲੋਕ ਹੁਣ ਆਪਾਂ ਇੱਥੇ ਬੈਠੇ ਹਾਂ ਨਾਲ ਦੇ ਟੇਬਲ ਖਾਲੀ ਪਏ ਆ ਸੋ ਇਹ ਸਾਰਾ ਆਪਣੀ ਸੇਫਟੀ ਲਈ ਬਣਾਇਆ ਆ ਸੋ ਇਸੇ ਕਰਕੇ ਸਿਕਿਉਰਿਟੀ ਵੀ ਤੁਰੀ ਫਿਰਦੀ ਆ ਕਿ ਕੋਈ ਇਹ ਕਾਨੂੰਨ ਦੀ ਉਲੰਘਣਾ ਨਾ ਕਰੇ ਇਹ ਪੰਜਾਬ ਨੇਗਾ ਇਹ ਪੰਜਾਬ ਨੇਗਾ ਵੀ ਮਾਸਕ ਨਹੀਂ ਪਾਇਆ ਤਾਂ 500 ਰੁਪਇਆ ਦਿੱਤਾ ਤੇ ਠੰਡੇ ਠੰਡੇ ਨਿਕਲ ਲਿਆ ਫਾਈਨ ਇੱਥੇ ਵੀ ਹੈਗਾ ਕੋਈ ਕੈਨੇਡਾ 'ਚ ਕੋਈ ਫਾਈਨ ਹੈਗਾ ਹਾਂਜੀ ਹੈਗਾ ਜੇ ਤੁਸੀਂ ਸਕਾਈ ਟ੍ਰੇਨ 'ਚ ਟ੍ਰਾਂਜ਼ਿਟ ਜੇ ਤੁਸੀਂ ਬੱਸ 'ਚ ਜਾਂ ਜਿੱਦਾਂ ਵਾਲਮਾਰਟ ਨੇ ਵੀ ਹੁਣ ਕਰ ਦਿੱਤਾ ਆ ਅਤੇ ਇਸ ਤੋਂ ਇਲਾਵਾ ਇੱਕ ਆਪਣੇ ਕੱਪੜਿਆਂ ਦੀਆਂ ਸਟੋਰਾਂ ਨੇ ਵੀ ਕੀਤਾ ਆ ਸੋ ਜੇ ਤੁਸੀਂ ਉਹਨਾਂ ਸਟੋਰਾਂ ਦੇ ਮੂਹਰੇ ਲਿਖ ਕੇ ਲਾਇਆ ਕਿ ਨੋ ਐਂਟਰੀ ਹੈਗੀ ਉੱਥੇ ਮਾਸਕ ਤੋਂ ਵਿਦਆਊਟ ਤੁਸੀਂ ਐਂਟਰ ਨਹੀਂ ਕਰ ਸਕਦੇ ਮਾਸਕ ਤੋਂ ਬਿਨਾਂ ਮਾਸਕ ਜ਼ਰੂਰੀ ਆ ਸੋ ਉਹਨਾਂ ਸਟੋਰਾਂ ਦੇ ਵਿੱਚ ਜਾਣ ਨਹੀਂ ਦਿੰਦੇ ਉਹ ਜਾਣ ਹੀ ਨਹੀਂ ਦਿੰਦੇ ਫਾਈਨ ਤਾਂ ਬਾਅਦ ਦੀ ਗੱਲ ਆ ਅਤੇ ਜੇ ਤੁਹਾਨੂੰ ਬੱਸ ਟ੍ਰੇਨ 'ਚ ਫੜ ਲੈਂਦੇ ਆ ਤਾਂ ਫਿਰ ਤੁਹਾਨੂੰ ਫਾਈਨ ਓਬਵੀਅਸਲੀ ਲੱਗਦਾ ਆ ਜਿੱਦਾਂ ਬੀ ਸੀ 'ਚ ਕੋਵਿਡ ਕਰਕੇ ਕਈ ਪਾਰਕਾਂ ਵੀ ਬੰਦ ਸੀਗੀਆਂ ਪਹਿਲਾਂ ਮਾਲ ਬੰਦ ਸੀ ਸਾਰਾ ਕੁਛ ਖੁੱਲ੍ਹ ਗਿਆ ਕੋਈ ਚੀਜ਼ ਇੱਦਾਂ ਦੀ ਰਹੀ ਨਹੀਂ ਜਿਹੜੀ ਹਜੇ ਤੱਕ ਵੀ ਕਲੋਜ਼ ਹੋਵੇ ਜਿੰਮ ਵੀ ਖੋਲ ਦਿੱਤੇ ਆ ਰੈਕ ਸੈਂਟਰ ਮਸਾਜ ਪਾਰਲਰ ਬਿਊਟੀ ਪਾਰਲਰ ਸਾਰਾ ਕੁਛ ਮੋਸਟਲੀ ਖੁੱਲ੍ਹ ਗਿਆ ਪਰ ਲਿਮਿਟ ਆ ਗਾਈਡਲਾਈਨਸ ਬਹੁਤ ਆ ਸੋ ਜੇ ਤੁਸੀਂ ਕਿਤੇ ਜਾਣਾ ਪਹਿਲਾਂ ਤੁਹਾਨੂੰ ਪ੍ਰੀ ਬੁਕਿੰਗ ਕਰਨੀ ਆ ਕਈ ਜਗ੍ਹਾ 'ਤੇ ਇੱਦਾਂ ਦੀਆਂ ਹੈਗੀਆਂ ਜੇ ਤੁਸੀਂ ਕਿਤੇ ਕੈਂਪਿੰਗ ਲਈ ਜਾਣਾ ਪਹਿਲਾਂ ਤੁਹਾਨੂੰ ਦੱਸਣਾ ਪੈਣਾ ਉਹਨਾਂ ਨੂੰ ਅਤੇ ਹੋਟਲਸ ਵਿੱਚ ਜਾਣ ਤੋਂ ਹੱਲੇ ਵੀ ਲੋਕ ਕਿਤੇ ਨਾ ਕਿਤੇ ਡਰਦੇ ਹੈਗੇ ਆ ਪਰ ਜਿਹੜੇ 5 ਸਟਾਰ ਜਿਹੜੇ ਵਧੀਆ ਹੋਟਲ ਆ ਉਹਨਾਂ ਦੀ ਸਫਾਈ ਬਹੁਤ ਆ ਅਤੇ ਕਾਫੀ ਹੱਲੇ ਹੈਗਾ ਜਿਹੜਾ ਕਈ ਬਿਜ਼ਨਸ ਨਹੀਂ ਖੁੱਲ੍ਹੇ ਪਰ ਮੋਸਟ ਖੁੱਲ੍ਹ ਗਏ ਹੈਗੇ ਆ ਅਤੇ ਤੁਸੀਂ ਕੀ ਖਾਣ ਲੈ ਕੇ ਆਏ ਹੈਗੇ ਆ ਪਕੌੜੇ
फ्राइज ने आ पकौड़े आ भी फ्राइज ने आना रैप आडे को राइस नाल टोफू आ इतना टोफू है वेरी गुड टोफू ते सोया चॉप बहुत बढ़िया ब्राउन राइस आ ਇਹ ਨਹੀਂ ਜਿੱਦਾਂ ਇੰਡੀਆ ਬੱਕਲੀਆਂ ਪਤਾ ਕੀ ਹੁੰਦੀਆਂ ਬੱਕਲੀਆਂ ਹੁੰਦੀਆਂ ਹਾਂ ਕੀ ਹੁੰਦੀਆਂ ਬੱਕਲੀਆਂ ਕਾਹਦੀਆਂ ਬਣਦੀਆਂ ਬੱਕਰੀਆਂ ਜਿਹੜੀਆਂ ਵੱਡੀਆਂ ਹੁੰਦੀਆਂ ਨੇ ਬੱਕਰੀਆਂ ਬੱਕਰੀਆਂ ਨਹੀਂ ਬੱਕਲੀਆਂ ਨਹੀਂ ਨਹੀਂ ਅਜੇ ਮੈਂ ਕਹਿਣ ਲੱਗਾ ਵੀ ਬੱਕਰੀਆਂ ਹੁੰਦੀਆਂ ਜਿਹੜੀਆਂ ਉਹ ਤਾਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ ਬੱਕਰੀਆਂ ਹੁੰਦੀਆਂ ਨੇ ਉਹ ਇੰਨੀ ਨਿੱਕੀ ਨਿੱਕੀ ਬਰੀਕ ਜਿਹੀਆਂ ਹੁੰਦੀਆਂ ਨੇ ਬੱਕਰੀਆਂ ਕੀ ਕਰਦੇ ਉਹਨਾਂ ਨੂੰ ਖਾਂਦੇ ਆ ਉਹਨਾਂ ਨੂੰ ਬੱਕਰੀਆਂ ਕਿਵੇਂ ਖਾਂਦੇ ਆ ਕਿਉਂ ਖਾਂਦੇ ਆ ਕਿਉਂ ਖਾਂਦੇ ਆ ਬਈ ਉਹ ਗੁੱਡ ਹੁੰਦੀਆਂ ਹੈਲਥੀ ਹੁੰਦੀਆਂ ਖਾਣ ਲਈ ਸ਼ੋਰ ਵੀ ਬੰਦਿਆਂ ਦੇ ਖਾਣ ਲਈ ਹੁੰਦੀਆਂ ਹੋਰ ਵਧਿਆਂ ਦੇ ਖਾਣ ਲਈ ਬੱਕਰੀਆਂ ਕੁਆਚਨ ਕਿੱਦਾਂ ਦੇ ਬੱਕਰੀਆਂ ਬੰਦੇ ਨਹੀਂ ਖਾ ਖਾਂਦੇ ਹੈਗੇ ਹੋਰ ਕੌਣ ਤੁਸੀਂ ਸਾਰੇ ਸੁਣਦੇ ਆ ਇਸ ਐਪੀਸੋਡ ਤੋਂ ਬਾਅਦ ਤੁਸੀਂ ਫੋਨ ਕਰਕੇ ਦੱਸਣਾ ਕਿ ਬੱਕਰੀਆਂ ਸਿਰਫ ਬੰਦੇ ਹੀ ਖਾ ਸਕਦੇ ਆ ਬੰਦਿਆਂ ਦੇ ਖਾਣ ਲਈ ਬਣੀਆਂ ਹਰ ਇੱਕ ਚੀਜ਼ ਹਰ ਇੱਕ ਬੰਦੇ ਖਾ ਸਕਦਾ ਹੁਣ ਆਪਾਂ ਹਰ ਇੱਕ ਜਾਨਵਰ ਖਾ ਲੈਂਦਾ ਬੱਕਰੀਆਂ ਨੂੰ ਬੰਦੇ ਵੀ ਖਾਂਦੇ ਆ ਜਾਨਵਰ ਵੀ ਖਾ ਸਕਦੇ ਆ ਕਿਹੜੇ ਜਾਨਵਰ ਖਾਂਦੇ ਕਿਉਂ ਖਾਂਦੇ ਆ ਉਹ ਖਾਂਦੇ ਆ ਵੀ ਗੁੱਡ ਰਵੇ ਸਰੀਰ ਸਿਹਤ ਗੁੱਡ ਰਵੇ ਬਿਮਾਰੀ ਬਿਮਾਰੀ ਨਾ ਕੋਈ ਲੱਗ ਜਾਵੇ ਉਹਦਾ ਹਰ ਇੱਕ ਗੱਲ 'ਚ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਚਾਹ ਕਰਨਾ ਮੈਂ ਪੰਜਾਬ ਚਾਹ ਕਰਨਾ ਪਰ ਪਤਾ ਧੇਲੇ ਦਾ ਨਹੀਂ ਹੁੰਦਾ ਜਦੋਂ ਮੇਰੇ ਬਾਹਲਾ ਕੋਈ ਨੰਬਰਦਾਰੀ ਕਰੇ ਮੈਂ ਕਿਹਾ ਤੂੰ ਬੱਕਰੀਆਂ ਲੈਣੀਆਂ ਐਂ 'ਚ ਕਹਿੰਦੇ ਹੁੰਦੇ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਹੋਰ ਪਸ਼ੂਆਂ ਨੂੰ ਪਾਉਣ ਵਾਲਾ ਕਿਹੜਾ ਕਿਹੜਾ ਚਾਰਾ ਹੁੰਦਾ ਹਾਂ ਗੱਲ ਇੱਧਰ ਆਪਾਂ ਖਾਣ ਵਾਲੇ ਦਾ ਰੱਖਿਆ ਤੁਸੀਂ ਪਸ਼ੂਆਂ ਪੁਰਾਣੇ ਸਮੇਂ ਦੀ ਗੱਲ ਕਰਦੀ ਹੈ ਉਹ ਬੰਦੇ ਵੀ ਖਾਂਦੇ ਆ ਪਸ਼ੂ ਵੀ ਖਾਂਦੇ ਆ ਡੋਡੇ ਹਾਂ ਬੰਦੇ ਵੀ ਖਾਂਦੇ ਡੋਡੇ ਪਸ਼ੂ ਵੀ ਖਾਂਦੇ ਆ ਬਹੁਤ ਗੱਲਾਂ ਯਾਰ ਰਫਤਾਰ ਜੀ ਜਿਹੜੀਆਂ ਤੁਹਾਨੂੰ ਪਤਾ ਨਹੀਂ ਪੰਜਾਬ ਦੀਆਂ ਤੁਸੀਂ ਹੱਲੇ ਬਚਪਨ 'ਚ ਹੀ ਆ ਇੱਕ ਦੂਜੇ ਹੁੰਦੇ ਆ ਜਿਹਨੂੰ ਜਿਹੜੇ ਮੂੜੀਆਂ ਨੂੰ ਲੱਗਦੇ ਮੂੰਗਰੇ ਮੂੰਗਰੇ ਦੀ ਸਬਜ਼ੀ ਕਹਿੰਦੇ ਸੁੱਕੀ ਸਬਜ਼ੀ ਬਣਦੀ ਹੈ ਮੂੰਗਰੇ ਨਹੀਂ ਬੜੀ ਕਮਾਲ ਦੀ ਸਬਜ਼ੀ ਬਣਦੀ ਸੁੱਕੀ ਸਬਜ਼ੀ ਮੂੰਗਰੇ ਤੁਸੀਂ ਵੈਸੇ ਵੀ ਤੋੜ ਕੇ ਖਾਣੇ ਬੜੇ ਸਵਾਦ ਲੱਗਦੇ ਆ ਥੋੜ੍ਹੀ ਕੜੱਤਣ ਹੁੰਦੀ ਆ ਥੋੜ੍ਹੇ ਕਸੈਲੇ ਹੁੰਦੇ ਆ ਪਰ ਵਧੀਆ ਹੁੰਦੇ ਆ ਮੇਰੇ ਫਰੈਂਡ ਨੂੰ ਨਾ ਇੰਡੀਆ ਪੀੜੀਆ ਹੋ ਗਿਆ ਸੀਗਾ ਪੀੜੀਆ ਤੁਹਾਨੂੰ ਪਤਾ ਹੀ ਨਾ ਜਿਹੜਾ ਪੀੜੀਆ ਉਹਨੂੰ ਹੋ ਗਿਆ ਜੀ ਪੀੜੀਆ ਅਤੇ ਡਾਕਟਰ ਨੂੰ ਕਹਿੰਦੇ ਵੀ ਤੂੰ ਜ਼ਿਆਦਾ ਮੂੜੀਆਂ ਖਾਇਆ ਕਰਨੀਆਂ ਅਤੇ ਮੂੜੀਆਂ ਦੇ ਪੱਤੇ ਜੇ ਕਿਸੇ ਤਰ੍ਹਾਂ ਖਾ ਸਕਦਾ ਪੱਤੇ ਜਿਹੜੇ ਹੁੰਦੇ ਨੇ ਕਹਿੰਦੇ ਮੂੜੀਆਂ ਨਾਲ ਵੀ ਗੁੱਡ ਹੁੰਦੇ ਆ ਉਹਨੇ ਮੂੜੀਆਂ ਬਹੁਤ ਖਾਧੀਆਂ ਅਤੇ ਪੱਤਿਆਂ ਦੀ ਭੁਰਜੀ ਬਣਾ ਕੇ ਖਾਣਾ ਪੈਂਦਾ ਜਿੱਦਾਂ ਮੂੜੀਆਂ ਦੇ ਪੱਤੇ ਕੱਟ ਲੈਣੇ ਵਿੱਚ ਆਲੂ ਪਾ ਲੈਣੇ ਆ ਵਧੀਆ ਤੜਕਾ ਤੜਕਾ ਲਾ ਕੇ ਪੂਰੀ ਵਧੀਆ ਕੜਾਕੇਦਾਰ ਅਤੇ ਪੂਰੀ ਵਧੀਆ ਭੁਰਜੀ ਬਣਦੀ ਆ ਮੂੜੀਆਂ ਦੇ ਪੱਤੇ ਪਾਲਕ ਦੀ ਭੁਰਜੀ ਬੜੀ ਸਵਾਦ ਬਣਦੀ ਮੇਥੇ ਦੀ ਭੁਰਜੀ ਬਣਦੀ ਮੇਰੀ ਫੇਵਰੇਟ ਆ ਜੀ ਉਹ ਨੰਬਰ 1 ਮੈਂ ਉਹਨੂੰ ਲਾਈਕ ਕਰਦਾ ਬਹੁਤ ਜ਼ਿਆਦਾ ਭੁਰਜੀ ਬਣਨ ਪਰ ਮੂੜੀਆਂ ਦੇ ਪੱਤਿਆਂ ਦੀ ਭੁਰਜੀ ਬਣਾ ਕੇ ਦੇਖਦੇ ਮੈਂ ਉਹਦੀ ਲੱਗਦੀ ਪਹਿਲੀ ਵਾਰ ਉਹਨਾਂ ਦੇ ਘਰ ਗਿਆ ਅਤੇ ਮੈਂ ਕਿਹਾ ਵੀ ਖਾਣ ਨੂੰ ਮੈਨੂੰ ਲਿਆਓ ਕੁਝ ਕੀ ਹੈਗਾ ਵੀ ਮੈਂ ਖਾਣ ਭੁੱਖ ਲੱਗੀ ਬਸ ਕਰਤੀ ਉਹੀ ਗੱਲ ਨਾ ਜਿੱਥੇ ਜਾਣਾ ਖਾਣ ਨੂੰ ਲਿਆਓ ਮੈਂ ਇਕੱਲੀ ਨਹੀਂ ਕਹਿੰਦੀ ਪੰਜਾਬ ਚ ਇਹਦਾ ਇਹੀ ਹਾਲ ਆ ਫਰੈਂਡ ਦੇ ਘਰ ਗਿਆ ਲਿਆਓ ਖਾਣ ਨੂੰ ਨਹੀਂ ਮੈਂ ਜਦੋਂ ਕਿਸੇ ਦੇ ਘਰੇ ਜਾਂਦਾ ਜੇ ਅਗਲਾ ਕੋਈ ਕਹਿ ਦੇਵੇ ਵੀ ਬਹਿ ਜਾ ਭਾਈ ਬਹਿ ਜਾਈਦਾ ਚਾਹ ਪਾਣੀ ਮੈਂ ਨਹੀਂ ਕਹਿੰਦਾ ਵੀ ਨਹੀਂ ਯਾਰ ਅੱਛਾ ਤੁਸੀਂ ਬਹਿ ਜਾਂਦੇ ਆ ਮੈਨੂੰ ਲੱਗਾ ਵੀ ਤੁਸੀਂ ਬਹਿੰਦੇ ਨਹੀਂ ਸਿੱਧੇ ਹੀ ਫਰਿੱਜ ਨੂੰ ਭੱਜਦੇ ਆ ਮੈਂ ਬਹਿ ਕੇ ਜੇ ਬਹਿ ਕੇ ਅਗਲਾ ਕਹਿੰਦਾ ਚਾਹ ਪਾਣੀ ਮੈਂ ਨਹੀਂ ਜਵਾਬ ਦਿੰਦਾ ਕੋਈ ਨਾ ਰਹਿਣ ਦਿਓ ਕਦੇ ਵੀ ਨਹੀਂ ਕਹਿੰਦਾ ਮੈਂ ਕਹਿੰਦਾ ਜੀ ਵੀ ਚਾਹ ਦੀ ਨਹੀਂ ਲੋੜ ਹੈਗੀ ਭੁੱਖ ਲੱਗੀ ਹੋਈ ਰੋਟੀ ਰੁਟੀ ਹੈਗੀ ਉਹ ਦਾ ਸਿੱਧੇ ਕਹਿ ਦਿੰਦਾ ਚਾਹੇ ਕੋਈ ਦੂਰ ਦੀ ਰਸਤੇ ਰਹੇ ਚਾਹੇ ਕੋਈ ਨੇੜੇ ਦੀ ਰਸਤੇ ਚਾਹੇ ਕੋਈ ਫਰੈਂਡ ਆ ਚਾਹੇ ਕੋਈ ਕੁਛ ਮੰਗ ਲੈਂਦੇ ਰੋਟੀ ਉਹ ਚੀਜ਼ ਵੀ ਨਹੀਂ ਕੋਈ ਨਾ ਖਾ ਕੇ ਨਹੀਂ ਕੋਈ ਨਾ ਆਏ ਨਹੀਂ ਹੈਗਾ ਵੀ ਜਿਹੜਾ ਕੁਛ ਵੀ ਬਸ ਗਰਮ ਕਰਕੇ ਆਉਣ ਦਿਓ ਵਧੀਆ ਲੱਗਦਾ ਹੁੰਦਾ ਚੰਗਾ ਲੱਗਦਾ ਕਈ ਵਾਰ ਪ੍ਰੈਸਟਰ ਵਿੱਚ ਕਿਤੇ ਚਲੇ ਜਾਂਦੇ ਹਾਂ ਕੋਈ ਵਿਆਹ ਵਾ ਆਪਾਂ ਉੱਥੇ ਜਾ ਕੇ ਐਂ ਬੈਠ ਜਾਂਦੇ ਸਾਨੂੰ ਕੁਛ ਖਾਣ ਨੂੰ ਪੁੱਛੋ ਅਗਲੇ ਦੇ ਵਿਆਹ ਵਾ ਅਗਲੇ ਦੇ ਪ੍ਰੋਗਰਾਮ ਆ ਤੁਸੀਂ ਜੋ ਮਰਜ਼ੀ ਚੱਕ ਖਾਣ ਲਈ ਬਣਾਇਆ ਹੁੰਦਾ ਸਾਰਾ ਕੁਛ ਅਗਲੇ ਨੂੰ ਤਾਂ ਖੁਸ਼ੀ ਮਿਲਦੀ ਆ ਉਹ ਜਿਹਦੇ ਵੀ ਜਾ ਕੇ ਕਹਿ ਦਈਦਾ ਵੀ ਖਾਣਾ ਵਾ ਉਹ ਕਹਿੰਦੇ ਵੀ ਸਾਨੂੰ ਖੁਸ਼ੀ ਮਿਲਦੀ ਆ ਜਦੋਂ ਇੱਦਾਂ ਕੋਈ ਕਹਿ ਹੁੰਦਾ ਵੀ ਜਿਹੜਾ ਲਿਆਓ ਰੋਟੀ ਖਵਾਓ ਲੇਕਿਨ ਤੁਸੀਂ ਮਿਹਨਤਾਂ ਜਿਹਾਂ ਕਰੀਆਂ ਨੇ ਭੁੱਖ ਅਗਲੇ ਨੂੰ ਲੱਗੀ ਹੁੰਦੀ ਆ ਐਂ ਵੀ ਨਹੀਂ ਕਿਹਾ ਵੀ ਜੇ 3 ਰੋਟੀਆਂ ਖਾਣੀਆਂ ਨੇ ਜੇ ਮੈਨੂੰ 7 ਰੋਟੀਆਂ ਦੀ ਭੁੱਖ ਲੱਗੀ ਆ ਨਾ ਫਿਰ ਮੈਂ ਕਹਿੰਦਾ ਰੱਖੀ ਤੁਰੇ ਆਓ 7 ਹੀ ਖਾ ਲੈਣੀਆਂ ਆਪਾਂ ਐਂ ਨਹੀਂ ਕਦੇ ਵੀ ਕਰਦੇ ਹੁੰਦੇ ਵੀ ਨਹੀਂ 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 ਕਈ ਨਹੀਂ ਪੈਂਦੀ ਬਸ ਖਾ ਗਿਆ ਨਹੀਂ ਪੈਂਦੀ ਨਹੀਂ ਨਹੀਂ ਨਾਲੇ ਹੱਥ 'ਤੇ ਕਰੀ ਜਾਣਾ ਵੀ ਅੱਧਾ ਖਾਤੇ ਮੀਆਂ ਰੱਖ ਵੀ ਦੇਣ ਅਤੇ ਨਾ ਵੀ ਨਹੀਂ 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 ਅਗਲਾ ਧੱਕੇ ਨਾ ਚੱਲ ਕੋਈ ਨਾ ਰੱਖ ਤੀ ਹੁਣ ਤਾਂ ਖਾ ਲੈਣੇ ਇੱਦਾਂ ਨਹੀਂ ਹੈਗਾ ਆਈ ਨਹੀਂ ਆਈ ਨਾ ਜਿੱਦਾਂ ਨਹੀਂ ਖਾਣੀ ਡਨ ਰੋਟੀ ਸਾਰੀ ਖਤਮ ਕਰਕੇ ਡਨ ਜੋ ਨਹੀਂ ਕਰੀ ਉਹ ਜਾਣੀ ਉਹ ਭਗਵਾਨ 'ਚ ਜੇ ਨਹੀਂ ਗਏ ਵੀ ਅਗਲਾ ਮਿੰਨਤਾਂ ਕਰੀ ਜਾਵੇ ਆਪਾਂ ਭੁੱਖ ਲੱਗੀ ਫਿਰ ਵੀ ਨਹੀਂ ਨਹੀਂ ਕਰੀ ਜਾਈ ਉਹ ਚੀਜ਼ ਹੈ ਨਹੀਂ ਆਪਣੇ ਕੋਲ ਅੱਛਾ ਅੱਜ ਤੁਸੀਂ ਇੱਥੇ ਆ ਕੇ ਕੀ ਮਹਿਸੂਸ ਕੀਤਾ ਕੋਵਿਡ ਕਰਕੇ ਲੱਗਦਾ ਹੁੰਦਾ ਸੀਗਾ ਵੀ ਕੋਵਿਡ ਆ ਹੁਣ ਪਤਾ ਨਹੀਂ ਬਾਹਰ ਲੋਕ ਜਾਂਦੇ ਨਹੀਂ ਜਾਂ ਬਹੁਤ ਉਹ ਪਰ ਇੱਥੇ ਆਪਾਂ ਦੇਖ ਲੈਂਦੇ ਆਪਣੀ ਕਮਿਊਨਿਟੀ ਬਹੁਤ ਥੋੜ੍ਹੀ ਆ ਦੋ ਚਾਰ ਜਣੇ ਆਪਾਂ ਨੂੰ ਮਿਲੇ ਹੋਣੇ ਆ
ਪਰ ਜ਼ਿਆਦਾ ਜੇ ਆਪਾਂ ਇੱਧਰ ਵੀ ਨਿਗਾਹ ਮਾਰਦੇ ਹਾਂ ਦੇਖੋ ਗੋਰੇ ਬੈਠੇ ਹਨ ਚਾਰੇ ਪਾਸੇ, ਇੱਕ ਸਿੰਗਰ ਵੀ ਆ ਪਰਲੇ ਪਾਸੇ ਗੋਰਿਆਂ ਦਾ, ਉਹ ਵੀ ਗਾ ਰਿਹਾ ਵਾ, ਬੜੇ ਵਧੀਆ ਲੱਗਦਾ, ਠੰਡੀ ਠੰਡੀ ਹਵਾ ਚੱਲਦੀ ਆ ਪਾਣੀ ਦੇ ਗੰਢੇ 'ਤੇ, ਨਾ ਠੰਡਾ ਨਾ ਗਰਮੀ ਆ, ਟੀ ਸ਼ਰਟ ਪਾ ਕੇ ਵੀ ਬਹਿ ਸਕਦੇ ਹਾਂ, ਕੋਟੀ ਪਾ ਕੇ ਵੀ ਬਹਿ ਸਕਦੇ ਹਾਂ, ਸੋਹਣਾ ਲੱਗਦਾ ਵਾ ਬਹੁਤ ਬਾਈ। ਨਵੀਂ ਕੋਟੀ ਦੇ ਮੁੱਕੇ ਵੀ ਲੈਂਦੇ ਹੁੰਦੇ ਆ ਨਾ, ਮੁੱਕੇ ਪੈਂਦੇ ਹੁੰਦੇ ਆ ਜਦੋਂ ਅਸੀਂ ਨਿੱਕੇ ਹੁੰਦੇ ਸੀ, ਜਦੋਂ ਕਿਸੇ ਨੇ ਕੋਈ ਨਵੀਂ ਚੀਜ਼ ਲੈਣੀ ਕਹਿਣਾ ਇਹਨੇ ਨਵੀਂ ਚੀਜ਼ ਲਈ ਆ, ਸੱਤ ਮੁੱਕੇ ਮਾਰਨੇ। ਹੁਣ ਤੁਸੀਂ ਦੱਸੋ ਵੀ ਸੱਤ ਮੁੱਕੇ ਖਾਣੇ ਆ ਨਾ ਤੁਸੀਂ ਮੇਰੇ ਹੱਲੇ, ਮੈਂ ਲਾ ਕੇ ਛੱਡ ਦਿੰਦਾ ਮੁੱਕਿਆ ਤਾਂ ਉਹੀ ਠੀਕ ਆ। ਸਾਡੇ ਜੇ ਕੋਈ ਕਹਿ ਲਵੇ ਨਾ ਵੀ ਕਿਸੇ ਨੇ ਕੋਈ ਚੀਜ਼ ਗੁੱਟ 'ਚ ਪਾਈ ਆ, ਸਾਡੇ 'ਚ ਹੁੰਦਾ ਵੀ ਜੇ ਕਿਸੇ ਨੇ ਕੋਈ ਚੀਜ਼ ਗੁੱਟ 'ਚ ਪਾਈ ਆ, ਗੁੱਟ ਮਾਰ ਦਿਓ, ਸੱਤ ਵਾਰੀ ਗੁੱਟ ਮਰੋੜਨਾ ਹੈ। ਹਾਂ ਹੁਣ ਤੁਹਾਡਾ ਮੈਂ ਕਿਹਾ ਗੁੱਟ ਮਰੋੜਨਾ ਪਊਗਾ, ਤੁਸੀਂ ਗੁੱਟ ਜਾਓ ਪਾਈ। ਆਪਾਂ ਹਰ ਵਾਰੀ ਨਾ ਵੱਖਰੇ 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 ਜਗ੍ਹਾ 'ਤੇ ਜਾਂਦੇ ਹਾਂ, ਕਦੇ ਕਿਤੇ ਜਾਂਦੇ, ਕਦੇ ਕਿਤੇ ਜਾਂਦੇ। ਸੋ ਇੱਕ ਇਹ ਵੀ ਹੈਗਾ ਵੀ ਜਦੋਂ ਆਪਾਂ ਇੱਦਾਂ ਦਾ ਕੋਈ ਸ਼ੋਅ ਕਰਦੇ ਹਾਂ ਜਾਂ ਆਪਾਂ ਕਿਸੇ ਟੀ ਵੀ ਚੈਨਲ ਨਾਲ ਜਾਂ ਆਪਾਂ ਕਿਸੇ ਰੇਡੀਓ ਨਾਲ ਜੁੜੇ ਹੋਏ ਹਾਂ, ਤਾਂ ਬਹੁਤ ਕੁਝ ਦੇਖਣ ਦਾ ਮੌਕਾ ਮਿਲ ਜਾਂਦਾ। ਮੈਨੂੰ ਲੱਗਦਾ ਵੀ ਮੈਨੂੰ 15 ਸਾਲ ਹੋ ਗਏ ਕੈਨੇਡਾ 'ਚ, ਜਿੰਨਾ ਕੁ ਮੈਂ ਟੀ ਵੀ ਚੈਨਲ ਨਾਲ ਘੁੰਮ ਲਿਆ, ਮੇਰੇ ਨਾਲ ਜਿੰਨਾ ਕੁ ਘੁੰਮ ਲਿਆ, ਟੀ ਵੀ ਚੈਨਲ ਨਹੀਂ ਮੇਰੇ ਨਾਲ ਜਿੰਨਾ ਕੁ ਘੁੰਮ ਲਿਆ, ਜਿੰਨਾ ਕੁ ਤੁਹਾਡੇ ਨਾਲ ਘੁੰਮ ਲਿਆ, ਜਿੰਨਾ ਕੁ ਮੈਂ ਤੁਹਾਨੂੰ ਟੋਲਰੇਟ ਕਰ ਲਿਆ ਨਾ, ਮਤਲਬ ਬਰਦਾਸ਼ਤ ਕਰ ਲਿਆ, ਕੋਈ ਹੋਰ 5 ਮਿੰਟ 15 ਮਿੰਟ ਨਾ ਕਰਦਾ, ਜਿੰਨਾ 3 ਸਾਲਾਂ 'ਚ ਘੁੰਮ ਲਏ ਨਾ, ਜਿੰਨਾ ਮੈਂ 3 ਸਾਲਾਂ 'ਚ ਤੁਹਾਨੂੰ ਬਰਦਾਸ਼ਤ ਕੀਤਾ ਨਾ, ਕੋਈ 5 ਮਿੰਟ ਨਹੀਂ ਬਰਦਾਸ਼ਤ ਕਰ ਸਕਦਾ, ਮੇਰੇ ਜਿਗਰੇ ਦੀ ਦਾਦ ਦੇਣੀ ਬਣਦੀ ਆ। ਜਿੰਨਾ ਮੈਂ 3 ਸਾਲਾਂ ਦੇ ਵਿੱਚ ਡਰ ਗਿਆ ਨਾ, ਓਨਾ ਮੈਨੂੰ ਲੱਗਦਾ ਮੈਂ 13 ਸਾਲਾਂ 'ਚ ਨਹੀਂ ਡਰਿਆ, 12 ਸਾਲਾਂ 'ਚ, ਕਿਉਂਕਿ 3 ਸਾਲਾਂ ਦੇ ਵਿੱਚ ਗੱਡੀ 'ਚ ਵੀ ਮੈਨੂੰ ਖਤਰਾ, ਗੱਡੀ 'ਚ ਆਉਣਾ ਗੱਡੀ ਖਤਰਾ ਵੀ ਲੈ ਵੀ ਇੱਧਰਲਾ ਟਾਇਰ ਨਾ ਪਾਟ ਜਾਏ, ਗੱਡੀ ਦਾ ਲੈ ਵੀ ਇੱਧਰਲਾ ਟਾਇਰ ਨਾ ਪਾਟ ਜਾਏ, ਉਹ ਮੈਂ ਡਰਦਾ ਰਿਹਾ। ਕਿਤੇ ਲੌਂਗ ਡਰਾਈਵ ਜਾਣਾ ਉੱਥੇ ਮੈਨੂੰ ਡਰ ਲੱਗਦਾ, ਕਿਤੇ ਚੈਨਲ 'ਤੇ ਮੈਨੂੰ ਡਰ ਲੱਗਦਾ ਵੀ ਉਹਦੀ ਫਲੋਰ ਟੁੱਟ ਕੇ ਦੁੜੰਬ ਕਰਕੇ ਥੱਲੇ ਨਾ ਡਿੱਗ ਜੇ, ਉਹ ਮੈਂ ਐਂ ਬੈਠਾ ਹੁੰਦਾ। ਮੈਂ ਵੀ ਬਹੁਤ ਕੁਛ ਝੀਲਦਾ ਨਾ, ਸਾਰੀ ਸਾ ਜਿਵੇਂ ਤੁਸੀਂ ਝੀਲ ਸਾਰੇ ਗਵਾਹ ਹੈਗੇ ਆ। ਮੈਂ ਬਰਾਊਨ ਰਾਈਸ, ਸੋਇਆ ਚੌਪ ਅਤੇ ਨਾਲ ਆਹ ਉਬਲੀਆਂ ਜਿਹੀਆਂ ਸਬਜ਼ੀਆਂ ਲੈ ਕੇ ਬੈਠੀ ਹਾਂ ਅਤੇ ਨਾਲ ਪਾਣੀ ਆ, ਅਤੇ ਇੱਧਰ ਪਕੌੜੇ, ਫਰਾਈਜ਼, ਕੈਚਅਪ, ਆਹ ਰੈਪ, ਫੇ ਫਰਾਈਜ਼, ਕੋਕ, ਅਤੇ ਹੱਲੇ ਤੁਸੀਂ ਮੈਨੂੰ ਦੱਸਣ ਡਏ ਆ ਵੀ ਮੇਰੇ ਨਾਲ ਫਲੋਰ ਟੁੱਟ ਜਾਂਦੀ। ਮੈਨੂੰ ਤਾਂ ਲੱਗਦਾ ਹੀ ਨਹੀਂ ਨਾ ਸਰੀਰ ਨੂੰ ਕੁਝ, ਕਹਿੰਦੇ ਨਹੀਂ ਹੁੰਦੇ ਤੁਹਾਨੂੰ ਬਿੰਨੇ ਵਿੱਚ ਦੀ ਨਗਾਇਆ ਹੋਣਾ ਛੋਟੇ ਹੁੰਦਿਆਂ ਨੂੰ, ਮੈਂ ਨਿੱਕਿਆ ਹੁੰਦਾ ਤੋਂ ਇੱਦਾਂ ਦਾ ਹੀ, ਪਹਿਲਾਂ ਤਾਂ ਪਤਾ ਨਾ ਜਿੰਨਾ ਮਰਜ਼ੀ ਖਾ ਲਾਂ, ਜੋ ਕੁਛ ਮਰਜ਼ੀ ਖਾ ਲਾਂ, ਮੈਂ ਇੱਦਾਂ ਦਾ ਹੀ ਰਹਿਣਾ, ਚਾਹੇ ਉਹ ਕੋਈ ਤੇਲ ਵਾਲੀਆਂ ਚੀਜ਼ਾਂ ਹੋਣ, ਚਾਹੇ ਉਹ ਕੋਈ ਸੈਲਡ ਹੋਵੇ, ਚਾਹੇ ਵਧੀਆ ਹੋਣ, ਚਾਹੇ ਜੰਕ ਫੂਡ ਹੋਵੇ, ਮੈਂ ਇੱਦਾਂ ਦਾ ਹੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤੁਸੀਂ ਹੋਈ ਆ ਜਿਹੜੇ ਕਰਬੂਜੇ ਵਾਂਗੂ ਰੰਗ ਬਦਲਦੇ, ਜਦੋਂ ਤਾਂ ਕੀਟੋ ਬਰੀਟੋ ਡਾਇਟ ਜੀ ਕਰ ਲੈਂਦੇ, ਉਦੋਂ ਤਾਂ ਉਈ ਐਂ ਸੂਈ ਵਾਂਗੂ ਹਿੱਲਣ ਲੱਗ ਜਾਣਾ, ਐਂ ਲੱਗਦਾ ਹੁੰਦਾ ਵੀ ਲੈ ਵੀ ਨਹੀਂ, ਵੀ ਲੈ ਵੀ ਨੇਰੀ ਆਈ ਅਤੇ ਗਏ, ਇੰਨੇ ਇੰਨੇ ਇੱਦਾਂ ਹਿੱਲਣਾ ਨੇ, ਪਰ ਕਈ ਵਾਰ ਜਦੋਂ ਫਿਰ ਚੱਕਦੇ ਆਉਣ ਦਿਓ ਭਟੂਰੇ, ਆਉਣ ਦਿਓ ਕੁਲਚੇ, ਆਉਣ ਦਿਓ ਕੀ ਹੁੰਦਾ ਮੇਥੀ ਮਲਾਈਆਂ ਇਹੋ ਜਿਹਾ ਕੁਛ ਆਉਣ ਦਿਓ, ਉਦੋਂ ਫਿਰ ਐਂ ਕੁਰਸੀ ਦੇ ਵਿੱਚ ਵੀ ਦੇਖ ਕੇ ਬਿਠਾਉਣਾ ਪੈਂਦਾ ਵਾ ਵੀ ਆਲੇ ਦੁਆਲੇ ਕੁਰਸੀ ਡੰਡੇ ਜਿਹੇ ਨਾ ਫਸ ਜਾਣ, ਤੁਹਾਡਾ ਬਹੁਤ ਫਰਕ ਪੈਂਦਾ, ਮੇਰਾ ਨਹੀਂ ਫਰਕ ਪੈਂਦਾ ਕਿਵੇਂ। ਹਰ ਇੱਕ ਦੇ ਆਪਣੇ ਆਪਣੇ ਬੋਡੀ ਦਾ ਹੁੰਦਾ ਆ, ਮੈਂ ਜੇ ਥੋੜ੍ਹਾ ਜਿਹਾ ਅਣਗਹਿਲੀ ਕਰ ਦਿੰਦੀ ਹਾਂ ਨਾ, ਦੋ ਮਹੀਨੇ ਛੱਡੋ, ਮਹੀਨਾ ਹੀ ਛੱਡੋ, ਜੇ ਮੈਂ 2 ਵੀਖਾਂ ਹੀ ਅਣਗਹਿਲੀ ਕਰ ਦਿੱਤੀ ਆ ਨਾ, ਤਾਂ ਮੈਂ ਕੱਦੂ ਜਿਹਾ ਬਣ ਜਾਂਦੀ, ਮੈਂ ਆਪ ਹੀ ਕਹਿ ਰਹੀ ਹੈਗੀ ਆ। ਜੇ ਮੈਂ ਹਾਂ ਡਰਦਾ ਵੀ ਬੰਦਾ ਸੱਚ ਬੋਲੀ ਦਿੰਦਾ, ਅਤੇ ਜੇ ਮੈਂ ਥੋੜ੍ਹਾ ਫੋਲੋ ਕਰ ਲੈਂਦੀ ਹਾਂ ਥੋੜ੍ਹਾ ਕੁ ਟਾਈਮ, ਅਤੇ ਫਿਰ ਮੈਂ ਠੀਕ ਹੋ ਜਾਂਦੀ ਆ। ਅਤੇ ਕਦੇ ਕਦੇ ਕਹਿੰਦੇ ਜ਼ਿੰਦਗੀ ਆ ਇੱਕ ਵਾਰ ਦੁਨੀਆ 'ਤੇ ਆਉਣਾ, ਕਦੇ ਕਦੇ ਮੈਂ ਮਸਤੀ ਕਰ ਵੀ ਲੈਂਦੀ ਹਾਂ, ਕਦੇ ਕਦੇ ਮੈਂ ਸੀਰੀਅਸ ਹੋ ਜਾਂਦੀ ਹਾਂ, ਅਤੇ ਹੁਣ ਮੈਂ ਸੀਰੀਅਸ ਹੋ ਗਈ, ਇਸੇ ਲਈ ਆ ਦੇਖ ਲਓ ਮੈਂ ਅੱਜ ਹੈਲਦੀ ਫੂਡ ਲੈ ਕੇ ਬੈਠੀ ਹਾਂ। ਲੰਘਦਾ ਨਿਗਾ ਕਹਿੰਦੇ ਜਿੰਨਾ ਫੂਡ ਜ਼ਿਆਦਾ ਹੈਲਦੀ ਹੁੰਦਾ ਨਾ, ਉਨਾ ਹੀ ਉਹ ਫੁਕੜਾ ਹੁੰਦਾ, ਖਾਣ ਨੂੰ ਸਵਾਦ ਨਹੀਂ ਹੁੰਦਾ। ਜਦੋਂ ਤੁਸੀਂ ਉੱਥੇ ਗਏ ਹੋ ਨਾ, ਇੱਕ ਮੈਂ ਗੱਲ ਦੱਸ ਦਿੰਦਾ ਸਾਰੇ ਨੂੰ, ਜਦੋਂ ਤੁਸੀਂ ਉੱਥੇ ਗਏ ਹੋ, ਉੱਥੇ ਜਾ ਕੇ ਖੜੇ ਹੋ, ਮੈਂ ਪਹਿਲਾਂ ਹੀ ਤੁਹਾਨੂੰ ਇਹ ਕਹਿੰਦਾ ਸੀਗਾ ਵੀ ਇੱਥੇ ਫੂਡ ਵਧੀਆ ਨਹੀਂ ਹੋਣਾ, ਕਿਹਾ ਸੀ ਨਾ ਮੈਂ ਜੱਸੀ ਨੂੰ ਵੀ, ਕਿਹਾ ਤੁਹਾਨੂੰ ਵੀ, ਕਿਹਾ ਵੀ ਫੂਡ ਇੱਥੇ ਵਧੀਆ ਨਹੀਂ ਹੋਣਾ, ਪਰ ਤੁਸੀਂ ਕਿਹਾ ਨਹੀਂ ਅਸੀਂ ਇੱਥੋਂ ਜਾਣਾ। ਮੈਂ ਉੱਧਰੋਂ ਲੈ ਕੇ ਆਇਆ ਆਹ ਰੈਪ ਆ ਅਤੇ ਆਹ ਪਕੌੜੇ ਆ, ਕਿਆ ਬਾਤ ਆ, ਕਮਾਲ ਹੀ ਆ, ਸੁਣਿਆ ਪੂਰਾ ਰਾਤ ਮੈਂ ਬੋਇਲਡ ਸਾਰਾ ਲੈ ਕੇ ਆਈ ਹਾਂ, ਤੁਸੀਂ ਇਹਨੂੰ ਇਹਨੂੰ ਘੁਮਾਈ ਜਾਂਦੇ ਹੋ, ਜਿਹੜੀ ਚੀਜ਼ ਦਾ ਟੇਸਟ ਨਾ ਵੀ ਨਾ ਬੰਦਾ ਉਹਦੀ ਐਵੇਂ ਕੜੀ ਜੀ ਬਣਾਈ ਜਾਂਦਾ, ਕਦੇ ਇੱਧਰੋਂ ਚਮਚਾ ਚੱਕ ਇੱਧਰ ਫਿੱਟ ਲੈ, ਇੱਧਰੋਂ ਚਮਚਾ ਚੱਕ ਇੱਧਰ ਫਿੱਟ ਲੈ, ਖਾਣਾ ਕੁਛ ਨਹੀਂ। ਜਿੰਨਾ ਖਾਣਾ ਜ਼ਿਆਦਾ ਅਣਸਵਾਦ ਹੁੰਦਾ, ਜਿੱਦਾਂ ਫੁਕੜਾ ਜਿਹਾ ਹੁੰਦਾ, ਉਨਾ ਹੀ ਉਹ ਹੈਲਦੀ ਹੁੰਦਾ, ਜਿੰਨਾ ਜ਼ਿਆਦਾ ਉਹ। ਮੈਂ ਹੁਣ ਕੋਸ਼ਿਸ਼ ਕਰ ਰਹੀ ਹਾਂ, ਤੁਸੀਂ ਸਾਰੇ ਗਵਾਹ ਆ, ਤੁਹਾਡੇ ਸਾਹਮਣੇ ਅਗਲੇ ਗੇੜੀ ਰੂਟ ਆਉਣੇ ਆ, ਇੱਕ ਦਿਨ ਮੈਂ ਤੁਹਾਡਾ ਮੂੰਹ ਬੰਦ ਕਰਨਾ। ਮੈਨੂੰ 3 ਸਾਲ ਹੋ ਗਿਆ ਇਹ ਕੁਝ ਸੁਣਦੇ ਹਨ, ਹਾਏ ਮੈਂ ਮਰ ਜਾ, 2018 ਦੀ ਗੱਲ ਕਰਿਓ ਤਾਂ, 18 ਦੀ ਤੁਸੀਂ ਕਿਹੜਾ ਸੂਈ ਸੀ ਵੀ 18 ਦੀ ਗੱਲ ਤਾਂ ਹੋਏਗਾ ਨਾ, 18 ਦੀ ਗੱਲ ਕਰਿਓ, ਉਦੋਂ ਤਾਂ ਮੈਂ ਪਤਾ ਨਹੀਂ ਹਵਾ ਫਿਰ ਮੈਂ ਫੜ ਕੇ ਬਹਿ ਜਾ, ਤੁਸੀਂ ਉਦੋਂ ਵੀ ਇੱਦਾਂ ਦੇ ਸੀ,
ਉਹਦਾ ਇੱਕ ਮਨ ਖੜਾਉਣ ਦੇ ਬਾਰੇ ਕਹਿ ਦਿੰਦੇ ਹੁੰਦੇ ਭਾਈ ਉਹਨੂੰ ਨਾਲ ਦਾ ਨਾ ਤੁਹਾਡਾ ਭੈਣ ਭਾਈ ਮਾੜਾ ਜਿਹਾ ਹੌਸਲਾ ਦੇਣ ਵਾਲਾ ਹੋਵੇ ਨਾ ਹਾਂ ਬਈ ਦੀਦੀ ਕੋਈ ਨਹੀਂ ਬਹੁਤ ਨਾਈਸ ਆ 15-20 ਕਿਲੋ ਦਾ ਫਰਕ ਪਵੇ ਹੁਣ ਕਿਲੋ ਘੱਟ ਗਿਆ 1 ਕਿਲੋ ਵੱਧ ਗਿਆ ਉਹਨੂੰ ਆਪਾਂ ਨਹੀਂ ਕਹਿ ਸਕਦੇ ਉਹ ਤਾਂ ਮੈਂ ਕਹਿ ਸਕਦਾ ਵੀ ਉੱਚੀ ਹੋ ਤੁਸੀਂ ਅਜੇ ਸਿਰ ਤੇ ਹੁਣ ਆਪਣਾ ਜਾਣ ਦਾ ਟਾਈਮ ਹੋ ਗਿਆ ਥੋੜੀ ਖਾ ਲਓ ਕੋਈ ਮਗਰ ਨਹੀਂ ਪਿਆ ਤੁਹਾਡੇ ਮਾਈ ਗੋਡ ਰਫਤਾਰ ਜੀ ਚਲੀਏ ਹੁਣ ਆਪਾਂ ਆ ਤੁਸੀਂ ਨਾਲ ਲੈ ਜਾਓ ਵਿੱਚ ਬੱਸ 'ਚ ਬਹਿ ਕੇ ਖਾ ਲਓ ਠੀਕ ਹੈ ਜੀ ਇਹਨਾਂ ਨੂੰ ਖੁੱਲ੍ਹ ਕੇ ਖਾ ਲੈਂਦਾ ਅਤੇ ਬ੍ਰੇਕ ਲੈਂਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਫਿਰ ਆਉਂਦੇ ਹਾਂ ਅਤੇ ਰੈਪ ਅਪ ਅਸੀਂ ਹੋਰ ਕਿਤੇ ਜਾ ਕੇ ਕਰਦੇ ਹਾਂ ਪਰ ਤੁਸੀਂ ਕਿਤੇ ਨਹੀਂ ਜਾਣਾ ਕੀਪ ਵਾਚਿੰਗ ਸਾਂਝਾ ਟੀਵੀ ਤੁਹਾਨੂੰ ਹੋਰ ਕੁਛ ਵੀ ਦਿਖਾਉਂਦੇ ਹਾਂ ਗੇੜੀ ਰੂਟ 'ਤੇ ਲੈ ਕੇ ਆਏ ਸੀ ਅਤੇ ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕੀਤਾ ਹੋਊਗਾ ਅਤੇ ਮੈਨੂੰ ਹਮੇਸ਼ਾ ਰਫਤਾਰ ਨਹੀਂ ਲੱਭਦੇ ਅਤੇ ਪਰ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਹੈਲੋ ਰਫਤਾਰ ਬਹੁਤ ਸੋਹਣੇ ਲੱਗਦੇ ਆ ਵੈਸੇ ਇੱਦਾਂ ਹੀ ਚੋਪੀ ਰਹਿਣ ਤਾਂ ਮੇਰਾ ਖਿਆਲ ਜ਼ਿਆਦਾ ਸੋਹਣੇ ਲੱਗਣਗੇ ਹੈ ਨਾ ਜਦੋਂ ਇਹ ਮੂੰਹ ਖੋਲ੍ਹਦੇ ਆ ਹੈਲੋ ਰਫਤਾਰ ਜੀ ਇਹ ਫਰੀਜ਼ ਹੋ ਗਏ ਯਾਰ ਇੱਦਾਂ ਹੀ ਠੀਕ ਹੈ ਮੈਂ ਤਾਂ ਕਹਿੰਦੀ ਹਾਂ ਵੈਰੀ ਗੁੱਡ ਇੱਦਾਂ ਹੀ ਰਹਿਣ ਹੋਣੇ ਹੋ ਇੱਦਾਂ ਹੈਲੋ ਹੈਲੋ ਮੈਨੂੰ ਬੜਾ ਗੱਚੋ ਡਾਲਿਆਂ ਦੀ ਘੜੀ ਤੁਸੀਂ ਸਵੇਰ ਦੀ ਮੈਨੂੰ ਦਿਖਾਈ ਜਾਂਦੇ ਆ ਮੈਟਲ ਆ ਵਿੱਚੋਂ ਆ ਠੋਸ ਆ ਆ ਦੇਖਿਓ ਇਹ ਕਿੱਦਾਂ ਖੜਾ ਇਹ ਵੀ ਖੜਾ ਹੋ ਕੇ ਦਿਖਾਇਓ ਇਹਦੇ ਵਾਂਗੂ ਖੜੇ ਹੋ ਕੇ ਦਿਖਾਇਓ ਉਹ ਹੱਸਦਾ ਵੀ ਆ ਵਾਕਿਆ ਹੀ ਸੱਚੀ ਬਹੁਤ ਮਜ਼ਾ ਆਉਂਦਾ ਜਦੋਂ ਰਫਤਾਰ ਜੇ ਤੁਸੀਂ ਐਂ ਚੁੱਪ ਚੁੱਪ ਰਹੋ ਬਸ ਇਸ਼ਾਰਿਆਂ 'ਚ ਗੂੰਗੇ ਇਸ਼ਾਰਿਆਂ 'ਚ ਨਾ ਵੀ ਆਪਾਂ ਨਹੀਂ ਚੁੱਪ ਰਹਿ ਸਕਦੇ ਹੋਰ ਸਾਰਾ ਕੁਝ ਕਰ ਸਕਦਾ ਮੈਂ ਚੁੱਪ ਨਹੀਂ ਰਹਿ ਸਕਦਾ ਇੱਕ ਗੱਲ ਇਹਨਾਂ ਦੀ ਹੈਗੀ ਆ ਹੁਣ ਪੁੱਛੋ ਕੀ ਕੀ ਇਹਨਾਂ ਦਾ ਵੀ ਮੂੰਹ ਹੀ ਅੱਡਿਆ ਖਾਣ ਨੂੰ ਹੀ ਮੰਗਣ ਡਿਆ ਤੁਹਾਡੇ ਵਾਂਗੂ ਸਾਰਾ ਦਿਨ ਖਾਣ ਨੂੰ ਮੰਗਦੇ ਆ ਇੰਡੇ ਘੈਂਟ ਘੈਂਟ ਰੈਸਟੋਰੈਂਟ ਆ ਉਧਰ ਨੂੰ ਦੇਖ ਕੇ ਵਿਚਾਰਨ ਦਾ ਮੂੰਹ ਅੱਡੇ ਹੀ ਰਹਿ ਜਾਂਦਾ ਇੱਧਰ ਇੰਡੀਅਨ ਬਿਸਟਰੋ ਕਿਹੜਾ ਇੰਡੀਅਨ ਬਿਰਿਆਨੀ ਹਾਊਸ ਜਿਹੜਾ ਬਿਰਿਆਨੀ ਇੰਡੀਅਨ ਬਿਸਟਰੋ ਇੰਡੀਅਨ ਬਿਰਿਆਨੀ ਬਿਸਟਰੋ ਹਨਾ ਤੇ ਤੁਹਾਨੂੰ ਪਤਾ ਉਹ ਕਿਹਨਾਂ ਦਾ ਰੈਸਟੋਰੈਂਟ ਆ ਮੈਨੂੰ ਪਤਾ ਜੀ ਉੱਥੇ ਜਾ ਕੇ ਸੇਵਾ ਬਹੁਤ ਕੀਤੀ ਉਹਨਾਂ ਨੇ ਤੇ ਹੁਣ ਅਜੇ ਫੇਰ ਜਾਣਾ ਬੈਕ ਠੀਕ ਹੈ ਜੀ ਸੋ ਰਫਤਾਰ ਜੀ ਬਹੁਤ ਵਧੀਆ ਮੈਂ ਇੱਕ ਗੱਲ ਦੇਖੀ ਹੈ ਜਿੰਨੇ ਲੋਕ ਆ ਰਹੇ ਹੈਗੇ ਆ ਜਿਵੇਂ ਇਹ ਖੜੇ ਆ ਉਵੇਂ ਹੀ ਖੜੇ ਹੋ ਕੇ ਐਕਸ਼ਨ ਕਰਕੇ ਫੋਟੋ ਖਿਚਾ ਰਹੇ ਹੈਗੇ ਆ ਸੋ ਇਹਨਾਂ ਨੂੰ ਦੇਖ ਕੇ ਬੜਾ ਚੰਗਾ ਲੱਗਦਾ ਕੋਈ ਇੱਦਾਂ ਖੜਾ ਇੱਕ ਇੱਦਾਂ ਖੜੇ ਆ ਹਰ ਇੱਕ ਨੇ ਡਿਫਰੈਂਟ ਡਿਫਰੈਂਟ ਪੋਜ਼ ਕੀਤਾ ਅਤੇ ਆਪਾਂ ਜ਼ਰੂਰ ਸਾਰਿਆਂ ਦੇ ਪੋਜ਼ ਦਿਖਾਲਾਂਗੇ ਵੀ ਕਿਵੇਂ ਕਿਵੇਂ ਇਹਨਾਂ ਨੇ ਪੋਜ਼ ਕੀਤੇ ਆ ਪਰ ਅੱਜ ਅਸੀਂ ਗੇੜੀ ਰੋਡ 'ਚ ਤੁਹਾਨੂੰ ਲੈ ਕੇ ਆਏ ਸੀ ਡਾਊਨ ਟਾਊਨ ਤੇ ਡਾਊਨ ਟਾਊਨ ਤੋਂ ਅਸੀਂ ਗਏ ਸੀ ਨਾਰਥ ਵੈਂਕੂਵਰ ਪਾਣੀ ਵਾਲੀ ਬੱਸ 'ਚ ਬੈਠ ਕੇ ਗਏ ਸੀ ਸੋ ਮੈਂ ਜਦੋਂ ਪੰਜਾਬ ਗਈ ਸੀ ਨਾ ਉਦੋਂ ਮੈਂ ਕਈਆਂ ਨੂੰ ਪੁੱਛਿਆ ਮੈਂ ਕਿਹਾ ਕਹਿੰਦੇ ਇੱਥੇ ਵੀ ਪਾਣੀ ਵਾਲੀਆਂ ਬੱਸਾਂ ਚੱਲਦੀਆਂ ਉਹ ਕਹਿੰਦੇ ਨਹੀਂ ਸਾਡੇ ਨਹੀਂ ਚੱਲਦੀਆਂ ਫਿਰ ਮੈਂ ਕਿਹਾ ਸਾਡੇ ਤਾਂ ਚੱਲਦੀਆਂ ਹੀ ਆ ਅਸੀਂ ਦਿਖਾ ਦਿੰਦੇ ਆ ਫਿਰ ਅਸੀਂ ਦਿਖਾ ਦਿੰਦੇ ਆ ਨਾ ਸੋ ਬਹੁਤ ਵਧੀਆ ਲੱਗਾ ਮੈਨੂੰ ਅੱਜ ਥੈਂਕ ਯੂ ਵੈਰੀ ਮੱਚ ਤੁਸੀਂ ਸਾਥ ਦਿੱਤਾ ਵੈਸੇ ਨਵਾਂ ਸ਼ਰਟ ਜਿਹੜੀ ਆ ਜੈਕਟ ਪਾਈ ਤੁਹਾਡੇ ਬਹੁਤ ਜੱਚਦੀ ਆ ਥੈਂਕ ਯੂ ਜੀ ਥੈਂਕ ਯੂ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਆਪਾਂ ਕਈ ਵਾਰੀ ਹੁੰਦਾ ਨਾ ਵੀ ਇੰਡੀਆ ਤੋਂ ਨਵੇਂ ਆਉਂਦੇ ਉਹਨਾਂ ਨੂੰ ਬ੍ਰਾਂਡ ਦਾ ਬਹੁਤ ਹੁੰਦਾ ਇੱਥੇ ਵੀ ਬਹੁਤ ਜਣੇ ਹੁੰਦਾ ਬ੍ਰਾਂਡ ਦਾ ਬਈ $100 ਦੇ ਮੈਂ $200 ਦੇ ਮੈਂ $500 ਦੇ ਸ਼ੂ ਲਿਆਉਂਦੇ ਆ ਜਾਂ ਮੈਂ ਇੰਨੇ ਦੀ $500 ਦੀ ਮੈਂ ਜੈਕਟ ਲਿਆਉਂਦੀ ਆ ਪਰ ਮੈਂ ਜੇ ਸੱਚੀ ਗੱਲ ਦੱਸਾਂ ਹੁਣ ਆਹ $40 ਦੀ ਆਈ ਆ ਕਹਿੰਦੇ ਹੁੰਦੇ ਵੀ ਕੋਈ ਵੀ ਚੀਜ਼ ਅੱਖਾਂ ਨੂੰ ਵਧੀਆ ਲੱਗੇ ਆਪਣੇ ਇਹ ਨਹੀਂ ਹੁੰਦਾ ਵੀ ਉਹ ਬ੍ਰਾਂਡ ਹੀ ਹੋਵੇ ਬ੍ਰਾਂਡ ਹੀ ਪਾਏ ਵਧੀਆ ਤੁਹਾਨੂੰ ਪਤਾ ਹੈ ਕੀ ਆ ਅੱਖਾਂ ਨੂੰ ਵਧੀਆ ਲੱਗੇ ਉਹਨੂੰ ਮੈਂ ਪੁੱਛਿਆ ਇਹ ਖੱਦਰ ਆ ਖੱਦਰ ਹਾਂਜੀ ਖੱਦਰ ਦੀ ਆ ਸੋ ਖੱਦਰ ਦੀ ਇਹੋ ਜੈਕਟ ਹੈਗੀ ਆ ਤੇ ਕੋਟਕਪੂਰੇ ਦਾ ਖੱਦਰ ਜ਼ਿਆਦਾ ਮਸ਼ਹੂਰ ਆ ਜੇ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਸਪੈਸ਼ਲ ਜਦੋਂ ਪੰਜਾਬ ਗਈ ਸੀ ਮੈਂ ਕੋਟਕਪੂਰੇ ਦਾ ਢੋਡਾ ਖਾਣ ਗਈ ਸੀ ਬਹੁਤ ਮਸ਼ਹੂਰ ਆ ਜੀ ਤੇ ਕੋਟਕਪੂਰੇ 'ਚੋਂ ਮੈਂ ਖੱਦਰ ਲੈ ਕੇ ਆਈ ਸੀ ਕੁੜਤੇ ਪਜਾਮੇ ਬਣਵਾਉਣ ਦੇ ਲਈ ਤੇ ਹੁਣ ਤੁਸੀਂ ਇਹ ਦੇਖੋ $40 ਦੀ ਆ ਇਹ ਅੱਖਾਂ ਨੂੰ ਚੀਜ਼ ਸੋਹਣੀ ਲੱਗੇ ਆਪਾਂ ਲੰਘੇ ਜਾਂਦੇ ਨੇ ਕਿ ਚੀਜ਼ ਸੋਹਣੀ ਲੱਗ ਹੁਣ ਜੇ ਮੈਂ ਕਦੇ ਮਾੜੀ ਚੀਜ਼ ਲੈ ਕੇ ਨਹੀਂ ਦਿੰਦੀ ਹੁੰਦੀ ਤੁਹਾਨੂੰ ਦੇਖੋ ਮੇਰੇ ਸ਼ੂ ਪਾਏ ਹੋਏ ਆ ਹਾਂ
ਇਹ ਵੀ ਮੈਂ ਹੀ ਲੈ ਕੇ ਦਿੱਤੇ ਸੀ 200 ਡਾਲਰ ਦੇ ਵੀ ਮੈਂ ਹੀ ਲੈ ਕੇ ਦਿੱਤੇ ਸੀ 400 ਦੇ ਵੀ ਸ਼ੂ ਆਉਂਦੇ ਆ ਮੈਂ ਹੀ ਲੈ ਕੇ ਦਿੱਤੇ ਸੀ ਲੈ ਕੇ ਦਿੱਤੇ ਸੀਗੇ ਪਰ ਇਹ 999 ਦੇ ਸ਼ੂ ਆ 999 ਦੇ ਸ਼ੂ ਇਹ ਮੈਂ ਲੈ ਸੀਗੇ ਆਰਮੀ ਨੇਵੀ ਚੋਂ ਕਰਕੇ ਇਹਨਾਂ ਤੇ ਡਿਸਕਾਊਂਟ ਲੱਗਾ ਸੀ ਰਫਤਾਰ ਜੀ ਵੈਸੇ ਮਹਿੰਗੇ ਸੀਗੇ ਇਹ ਮਹਿੰਗੇ ਆਪਾਂ ਡਿਸਕਾਊਂਟ ਤੇ ਲਿਆਂਦੇ ਆ ਹੁਣ ਕਈ ਲੋਕ ਦੇਖ ਕਹਿੰਦੇ ਆ 9 ਡਾਲਰ ਦੇ ਸ਼ੂ ਅਸੀਂ ਨਹੀਂ ਪਾਉਣੇ ਪਰ ਇੰਨੇ ਇੱਕ ਕੰਫਰਟੇਬਲ ਤੇ ਸਟਾਈਲਿਸ਼ ਆ ਸੋਹਣੇ ਲੱਗਦੇ ਆ ਦੇਖਣ ਨੂੰ ਆਪਾਂ ਐਵੇਂ ਪੈਸਾ ਲਾ ਕੇ ਧਰ ਦਿੰਦੇ ਹਾਂ 300 ਡਾਲਰ ਦੇ ਸ਼ੂ 500 ਡਾਲਰ ਦੇ ਸ਼ੂ ਹਰ ਇੱਕ ਦੇ ਆਪਾਂ ਆਪਣੀ ਚੁਆਇਸ ਹੁੰਦੀ ਆ ਪਰ ਐਂ ਨਹੀਂ ਹੁੰਦਾ ਵੀ ਕੋਈ ਚੀਜ਼ ਬ੍ਰਾਂਡ ਨਾਲ ਹੀ ਵਧੀਆ ਹੋਊਗੀ ਮੈਨੂੰ ਲੱਗਦਾ ਕੰਫਰਟੇਬਲ ਹੋਣੀ ਚਾਹੀਦੀ ਆ ਤੁਸੀਂ ਪਾ ਕੇ ਤੁਰੋ ਜੱਚਦੇ ਹੋਣਾ ਜੋ ਤੁਹਾਡੇ ਦਿਲ ਨੂੰ ਲੱਗਦਾ ਆ ਔਰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਹਰ ਇੱਕ ਦੀ ਆਪਣੀ ਪਾਕਿਟ ਹੁੰਦੀ ਆ ਕੋਈ 500 ਦੀ ਪਾ ਕੇ ਖੁਸ਼ ਆ ਕੋਈ 5 ਡਾਲਰਾਂ ਦੀ ਪਾ ਕੇ ਖੁਸ਼ ਆ ਐਜ਼ ਲੌਂਗ ਤੁਸੀਂ ਖੁਸ਼ ਆ ਦੈਟਸ ਇਟ ਅੱਖਾਂ ਨੂੰ ਦੇਖਣ ਨੂੰ ਚੀਜ਼ ਸੋਹਣੀ ਲੱਗਣੀ ਚਾਹੀਦੀ ਹੈ ਨਹੀਂ ਕਿ ਪੈਸੇ ਨੋ ਮੈਟਰ ਰਫਤਾਰ ਜੀ ਪੈਸਾ ਕੋਈ ਚੀਜ਼ ਨਹੀਂ ਪੈਸਾ ਹੱਥਾਂ ਦੀ ਮੈਲ ਆ ਵੈਸੇ ਵੀ ਅੱਜ ਕੱਲ੍ਹ ਸਾਰਾ ਦਿਨ ਸੈਨੀਟਾਈਜ਼ਰ ਹੁੰਦਾ ਰਹਿੰਦਾ ਮੈਲ ਵੀ ਹੱਥਾਂ 'ਚ ਨਹੀਂ ਰਹਿੰਦੀ ਸੋ ਇਸ ਕਰਕੇ ਅੱਜ ਅਸੀਂ ਗੇੜੀ ਰੂਟ 'ਤੇ ਆਏ ਸੀਗੇ ਗੇੜੀ ਰੂਟ ਦੇ ਵਿੱਚ ਤੁਹਾਨੂੰ ਅਸੀਂ ਨੌਰਥ ਵੈਨਕੂਵਰ ਲੈ ਕੇ ਗਏ ਅਤੇ ਇੱਥੇ ਲੈ ਕੇ ਆਏ ਹੈਗੇ ਹਾਂ ਡਾਊਨ ਟਾਊਨ 'ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਅਗਲੀ ਵਾਰੀ ਕਿਤੇ ਹੋਰ ਲੈ ਕੇ ਚੱਲਾਂਗੇ ਪਰ ਫੀਡਬੈਕ ਸਾਨੂੰ ਤੁਸੀਂ ਜ਼ਰੂਰ ਦਿਆ ਕਰੋ ਕਿ ਕਿਵੇਂ ਲੱਗੀ ਤੁਹਾਨੂੰ ਪਰ ਮੈਂ ਮੇਰੇ ਕੋ ਹੋਸਟ ਦਾ ਕੁਛ ਨਹੀਂ ਕਰ ਸਕਦੀ ਬਿਕੋਜ਼ ਆਲਵੇਜ਼ ਆਲਵੇਜ਼ ਕੁਛ ਨਾ ਕੁਛ ਐਵੇਂ ਹੀ ਕਰਦਾ ਇਹਦਾ ਮੈਂ ਕੁਛ ਨਹੀਂ ਕਰ ਸਕਦੀ ਬਟ ਯੂ ਗਾਈਜ਼ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਪੁੱਤ ਬਗਾਨਾ ਲੈ ਜਾਂਦਾ ਏ ਖਿੱਚ ਕੇ ਪਾੜੇ ਤੋਂ ਦੀਪ ਢਿੱਲੋਂ ਦਾ ਗਾਣਾ ਨੀਗਾ ਦੀਪ ਢਿੱਲੋਂ ਦਾ ਗਾਣਾ ਸੁਣਿਆ ਤੁਸੀਂ ਉਹ ਹਾਂਜੀ ਬਹੁਤ ਵਧੀਆ ਜੈਸਮੀਨ ਜੱਸੀ ਦੀਪ ਢਿੱਲੋਂ ਦਾ ਗਾਣਾ ਕਬੱਡੀ ਵਾਲਾ ਤੇ ਉਹ ਕੈਂਚੀ ਵਾਲੀ ਹੁਣ ਹਿੱਲ ਕੇ ਦਿਖਾ ਸੋ ਇਹ ਨਹੀਂ ਹੁਣ ਇਹਨੂੰ ਹਿੱਲਣ ਦਿੰਦਾ ਪਰ ਯੂ ਗਾਈਜ਼ ਕੀਪ ਵਾਚਿੰਗ ਸਾਂਝਾ ਟੀਵੀ ਇੱਕ ਗੱਲ ਆ ਸਾਨੂੰ ਫੀਡਬੈਕ ਜ਼ਰੂਰ ਦਿਓ ਤੁਹਾਨੂੰ ਸਾਡਾ ਇਹ ਸ਼ੋਅ ਕਿਵੇਂ ਲੱਗਦਾ ਇਸ ਸ਼ੋਅ ਨੂੰ ਤੁਸੀਂ ਸਪੋਂਸਰ ਵੀ ਕਰ ਸਕਦੇ ਆ ਸਪੋਂਸਰ ਤੋਂ ਆਈ ਮੀਨ ਟੂ ਸੇ ਕਿ ਜੇ ਤੁਸੀਂ ਇਹਨੂੰ ਸਪੋਂਸਰ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਸਿਰਫ ਫੋਨ ਕਰਨਾ ਅਤੇ ਅਸੀਂ ਤੁਹਾਡੇ ਬਿਜ਼ਨਸ 'ਤੇ ਆ ਕੇ ਵੀ ਗੇੜੀ ਰੂਟ ਕੱਢ ਸਕਦੇ ਹਾਂ ਸੋ ਨਾਲੇ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਕਰਾਂਗੇ ਨਾਲੇ ਤੁਹਾਡੇ ਨਾਲ ਥੋੜ੍ਹੀ ਮਸਤੀ ਕਰਾਂਗੇ ਪਰ ਇਹਦੇ ਲਈ ਸਕਰੀਨ 'ਤੇ ਜਿਹੜੇ ਨੰਬਰ ਆਉਂਦੇ ਆ ਉਹਦੇ 'ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਾਲ ਕਰਕੇ ਈਮੇਲ ਕਰਕੇ ਤੁਸੀਂ ਜ਼ਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਸ਼ੋਅ ਕਿੱਦਾਂ ਦਾ ਲੱਗਦਾ ਵਧੀਆ ਲੱਗਦਾ ਮੈਂ ਵੀ ਦੱਸ ਦਿਆ ਕਰੋ ਕੋਈ ਨੁਕਸ ਲੱਗਦਾ ਹੁੰਦਾ ਮੈਂ ਵੀ ਦੱਸ ਦਿਆ ਕਰੋ ਆਕਸੀਜਨ ਦਿੰਦੇ ਰਿਹਾ ਕਰੋ ਸੋ ਕੀਪ ਵਾਚਿੰਗ ਸਾਂਝਾ ਟੀਵੀ ਅਗਲੀ ਵਾਰੀ ਗੇੜੀ ਰੂਟ 'ਚ ਹੋਰ ਕਿਤੇ ਲੈ ਕੇ ਚੱਲਾਂਗੇ ਤਦ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ